ਬਾਈਬਲ ਦੀ ਅਸੀਂ ਗੱਲ ਸਿੱਖਣੀ ਹੈ ਐਂਡ ਵਾਟ ਵੀ ਆਰ ਗੋਇੰਗ ਟੂ ਲਰਨ ਫਰਮ ਦ ਬਾਈਬਲ ਇਹਨੂੰ ਧਿਆਨ ਨਾਲ ਸੁਣੋ ਪੇ ਅਟੈਂਸ਼ਨ ਟੂ ਦਿਸ ਇਹ ਐਡਾ ਲੰਮਾ ਮੈਸੇਜ ਨਹੀਂ ਹੋਏਗਾ ਇਟ ਵੋਂਟ ਬੀ ਅ ਲੈਂਦੀ ਮੈਸੇਜ ਸ਼ਾਰਟ ਮੈਸੇਜ ਇਟਸ ਅ ਸ਼ਾਰਟ ਮੈਸੇਜ ਬਾਈਬਲ ਕੀ ਕਹਿੰਦੀ ਵਾਟ ਡਸ ਦ ਬਾਈਬਲ ਸੇ ਅੱਜ ਕਿ ਇੱਕ ਆਪਾਂ ਪ੍ਰਕਾਸ਼ਿਤ ਵਾਕਿ ਦੀ ਇੱਕ ਲਾਈਨ ਪੜਾਂਗੇ ਉੱਤੇ ਥੋੜਾ ਜਿਹਾ ਧਿਆਨ ਦੇਵਾਂਗੇ ਔਰ ਇਹ ਕੀ ਕੀ ਲਿਖਿਆ ਇਹਦੇ ਵਿੱਚ ਪ੍ਰਕਾਸ਼ਿਤ ਵਾਕਿ ਸ਼ਾਇਦ 2:13 ਆਇਤ ਪੜੋ ਇਹਨੂੰ ਥੋੜਾ ਧਿਆਨ ਨਾਲ ਸੁਣਨਾ ਗੜਬੜ ਕਿੱਥੇ ਹੋ ਰਹੀ ਹੈ ਪ੍ਰਕਾਸ਼ ਦੀ ਪੋਥੀ ਦੂਸਰਾ ਅਧਿਆਇ ਉਹਦੀ 13ਵੀਂ ਆਇਤ ਮੈਂ ਜਾਣਦਾ ਹਾਂ ਤੂੰ ਉੱਥੇ ਵੱਸਦਾ ਹਾਂ ਜਿੱਥੇ ਸ਼ੈਤਾਨ ਦੀ ਗੱਦੀ ਹੈ ਅਤੇ ਤੂੰ ਤਕੜਾਈ ਨਾਲ ਮੇਰਾ ਨਾਮ ਫੜੀ ਰੱਖਦਾ ਹਾਂ ਅਤੇ ਅੰਤੀਪਾਸ ਜੋ ਮੇਰਾ ਗਵਾਹ ਅਤੇ ਮੇਰਾ ਮਾਤਬਰ ਜਨ ਸੀ ਜਿਹੜਾ ਤੁਹਾਡੇ ਵਿੱਚ ਉੱਥੇ ਮਾਰਿਆ ਗਿਆ ਜਿੱਥੇ ਸ਼ੈਤਾਨ ਵੱਸਦਾ ਹੈ ਉਹਦੇ ਦਿਨੀ ਵੀ ਤੈਂ ਮੇਰੀ ਨਿਹਚਾ ਤੋਂ ਇਨਕਾਰ ਨਹੀਂ ਕੀਤਾ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਇਸ ਵਿਅਕਤੀ ਨੇ ਇੱਦਾਂ ਲਿਖਿਆ ਯੋਹੰਨਾ ਨੇ ਇੱਕ ਦਰਸ਼ਨ ਦੇਖਿਆ ਇਹ ਰੱਬ ਦੇ ਦਾਸ ਦੇ ਬਾਰੇ ਇਹਨੇ ਦੁੱਖ ਸਹਿ ਲਿਆ ਮਰ ਗਿਆ ਲੇਕਿਨ ਇਹਨੇ ਪ੍ਰਭੂ ਯਿਸੂ ਮਸੀਹ ਇਨਕਾਰ ਨਹੀਂ ਕੀਤਾ ਮਰ ਗਿਆ ਮੌਤ ਨੂੰ ਗੱਲ ਲਾ ਲਿਆ ਪਰ ਆਪਣੇ ਪਰਮੇਸ਼ਰ ਦਾ ਇਨਕਾਰ ਨਹੀਂ ਕੀਤਾ ਇੱਦਾਂ ਬਹੁਤ ਲੋਕਾਂ ਨੇ ਦੇਖਿਆ ਜਿਲੇ ਹਰਾਸਮੈਂਟ ਹੁੰਦੇ ਪਏ ਕਹਿੰਦੇ ਮੇਰੇ ਲਈ ਰੱਬ ਨੇ ਕੁਛ ਨਹੀਂ ਕੀਤਾ ਭਾਜ ਪਾਸਟਰ ਕਰਮਚੰਦ ਕਹਿੰਦੇ ਇੱਕ ਨੂੰ ਕਹਿੰਦੇ ਤੇਰੇ ਕਿਸੇ ਰਿਸ਼ਤੇਦਾਰ ਨੇ ਤੇਰੇ ਲਈ ਜਾਨ ਦਿੱਤੀ ਹੋਵੇ ਤਾਂ ਦੱਸ ਉਹਨੇ ਕਿਸੇ ਨੂੰ ਇੱਕ ਗੱਲ ਕਹੀ ਕਿਸੇ ਤੇਰੇ ਮਾਮੇ ਚਾਚੇ ਤਾਏ ਨੇ ਤੇਰੇ ਲਈ ਕੋਈ ਕੁਰਬਾਨੀ ਕੀਤੀ ਦੱਸ ਲੇਕਿਨ ਜਿਹਦਾ ਤੂੰ ਇਨਕਾਰ ਕਰਦਾ ਨਾ ਉਹਨੇ ਆਪਣਾ ਕਤਰਾ ਕਤਰਾ ਖੂਨ ਦਾ ਬੇਟਾ ਤੇਰੇ ਲਈ ਕਢਾਇਆ ਕਹਿੰਦਾ ਮੇਰੇ ਲਈ ਕੀ ਕੀਤਾ ਭਾਰੀ ਸਾਹਿਬ ਕਰਮਚੰਦ ਪਾਸਟਰ ਜੀ ਨੂੰ ਇੱਕ ਵਿਅਕਤੀ ਨੇ ਕਿਹਾ ਕਹਿੰਦਾ ਤੇਰੇ ਲਈ ਕੁਛ ਨਹੀਂ ਕੀਤਾ ਤੈਨੂੰ ਅੰਨਾ ਨਹੀਂ ਬਣਾਤਾ ਉਹਨੇ ਤੈਨੂੰ ਗੂੰਗਾ ਨਹੀਂ ਕਰ ਦਿੱਤਾ ਤੇਰੇ ਕੰਨ ਬਹਿਰੇ ਨਹੀਂ ਆ ਬੇਟਾ ਤੇਰੇ ਕੰਨ ਹਜ਼ਾਰਾਂ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਇੱਦਾਂ ਦੀ ਜੀ ਰਹੇ ਨੇ ਲੋਕ ਸ਼ੈਤਾਨ ਨੇ ਕੀਤੇ ਹੋਏ ਨੇ ਤੇਰੇ ਪਰਮੇਸ਼ੁਰ ਨੇ ਤੈਨੂੰ ਸਾਰੇ ਅੰਗ ਪੈਰ ਵਧੀਆ ਤੇ ਇੱਥੋਂ ਜ਼ਿਆਦਾ ਤੇਰੇ ਲਈ ਕੀ ਕਰਦਾ ਤੈਨੂੰ ਸਾਹ ਦਿੱਤਾ ਹੈ ਤੂੰ ਜੀ ਰਿਹਾ ਧਰਤੀ 'ਤੇ ਕੰਮ ਕਰ ਮਿਹਨਤ ਕਰ ਅਤੇ ਬਾਈਬਲ ਕਹਿੰਦੀ ਧਨ ਕਮਾ ਤੇਰੇ ਲਈ ਪਰਮੇਸ਼ੁਰ ਦੀ ਪ੍ਰਤਿਸ਼ ਕਰ ਉਹਨੂੰ ਵੀ ਦੇ ਅਤੇ ਆਪਣੇ ਘਰ ਦਾ ਵੀ ਗੁਜ਼ਾਰਾ ਕਰ ਤੇਰੇ ਲਈ ਕੀ ਕਰ ਦੇਵੇ ਜਿਹੜਾ ਜਾਨ ਦੇ ਦਿੱਤੀ ਜਿਹਨੇ ਤੇਰੇ ਲਈ ਹੋਰ ਤੇਰੇ ਲਈ ਕੀ ਕਰ ਸਕਦਾ ਹੈ ਉਹਨਾਂ ਦਾ ਇੱਕ ਬੜਾ ਅੱਛਾ ਗੀਤ ਸੀ ਕਿਉਂਕਿ ਉਹ ਗਾਉਂਦੇ ਬਹੁਤ ਸੋਹਣਾ ਸੀ ਖੂਨ ਬਹਾਇਆ ਜਾਨ ਵਿਧੀ ਕੈਸਾ ਸੱਚਾ ਪਿਆਰ ਕੀਆ ਉਸੇ ਪਿਆਰ ਕਰੇ ਜਿਸਨੇ ਹਮਸੇ ਪਿਆਰ ਕੀਆ ਖੂਨ ਬਹਾਇਆ ਜਾਨ ਵਿਧੀ ਕੈਸਾ ਸੱਚਾ ਪਿਆਰ ਕੀਆ ਉਸੇ ਪਿਆਰ ਕਰੇ ਯਸੂ ਸੱਚਾ ਰਸਤਾ ਆਪਣਾ ਯਸੂ ਮੁਕਤੀ ਦਾਤਾ ਆਪਣਾ ਤੁਝ ਕੋ ਪਾਪੀ ਕੋ ਅਪਣਾਇਆ ਔਰ ਤੇਰੇ ਲਈ ਕਹਿੰਦਾ ਕੀ ਕਰ ਦੇਵੇ ਤੁਝ ਪਾਪੀ ਕੋ ਅਪਣਾਇਆ ਆ ਉਸੇ ਪਿਆਰ ਕਰੇ ਜਿਸਨੇ ਮੁਸੇ ਪਿਆਰ ਕੀਆ ਇਹ ਸਾਡੇ ਮਸੀਹ ਪ੍ਰਭੂ ਦਾ ਸੁਭਾਅ ਸੀ ਉਹ ਕਹਿੰਦਾ ਬੇਟਾ ਤੇਰੇ ਲਈ ਕੀ ਨਹੀਂ ਕੀਤਾ ਦੱਸ ਫਿਰ ਉਹ ਵਿਅਕਤੀ ਚੁੱਪ ਕਰ ਗਿਆ ਫਿਰ ਪਾਦਰੀ ਸਾਹਿਬ ਨੇ ਉਹਦੇ ਲਈ ਦੁਆ ਕੀਤੀ ਉਹਦੇ ਮੂੰਹ 'ਚੋਂ ਬਲੱਡ ਆ ਰਿਹਾ ਸੀ ਉਹਨੂੰ ਟੀਵੀ ਹੋ ਗਈ ਸੀ ਫਿਰ ਪਾਦਰੀ ਸਾਹਿਬ ਨੇ ਜਿਹੜੇ ਦੁਆ ਕੀਤੀ ਤਾਂ ਉਹ ਖੂਨ ਆਉਣਾ ਬੰਦ ਹੋ ਗਿਆ ਕੁਝ ਦਿਨਾਂ ਬਾਅਦ ਉਹ ਸਵਸਥ ਹੋ ਗਿਆ ਡਾਕਟਰ ਨੇ ਜਵਾਬ ਦਿੱਤਾ ਸੀ ਉਹਨੂੰ ਉਹ ਠੀਕ ਹੋ ਗਿਆ ਫਿਰ ਵੀ ਮੇਰਾ ਉਹਦੇ ਨਾਲ ਵਾਹ ਰਿਹਾ ਕਾਫੀ ਲੰਬਾ ਸਮੇਂ ਉਹ ਸੇਵਾ ਨਹੀਂ ਕਰ ਸਕਿਆ ਖੁਦਾ ਨਾਲ ਵਾਚਾ ਬਣੀ ਸੀ ਕਿ ਮੈਂ ਤੇਰੀ ਸੇਵਾ ਕਰੂੰਗਾ ਜਿਸ ਨੂੰ ਠੀਕ ਕਰ ਦੂੰਗਾ ਤੇ ਪਰ ਕਰ ਨਹੀਂ ਸਕਿਆ ਸੀ ਮੈਂ ਕਾਫੀ ਲੰਬਾ ਸਮਾਂ ਉਸ ਵਿਅਕਤੀ ਨਾਲ ਰਿਹਾ ਜੇ ਕਦੀ ਇੱਕ ਅੱਧੀ ਚੰਗਿਆਈ ਹੋ ਜਾਣੀ ਤਾਂ ਉਹਨੇ ਬਹੁਤ ਉੱਛਲਣਾ ਉਹ ਚਰਚ ਗਿਆ ਸੀ ਉੱਥੇ ਠੀਕ ਨਹੀਂ ਹੋਇਆ ਮੈਂ ਭਾਈ ਵਿਜੇ ਦੁਆ ਕੀਤੀ ਤਾਂ ਠੀਕ ਹੋਇਆ ਇਹ ਚੀਜ਼ਾਂ ਉਹਨੂੰ ਲੈ ਬੈਠੀਆਂ ਉਹ ਅੱਗੇ ਜਾ ਹੀ ਨਹੀਂ ਸਕਿਆ ਥੋੜ੍ਹਾ ਸਮਾਂ ਚੱਲਿਆ ਜਵਾਨੀ 'ਚ ਮਰ ਗਿਆ
मेरे भैन भराओ, दीन आदमी की उम्र भी खुदा लंबी कर दिंदा। अंदरों टुटा होया होवे हिचका राजा मंगू, वो दुआ करके कवे कि मैं जीना चाहना प्रभु, और मैनू पता तू समय निर्धारित किए हुए है, पर तेरे हाथ में कलम आ मेरी उम्र की, क्योंकि सुलेमान कहता एक हाथ में धन आ दूसरे विच जिंदगी आ बाइबल कहती। खुदा जदों मर्जी रुख मोड़ सकता जो ओदी इच्छा च हो तुसी जीवन जी रहे थे। इस करके बाइबल की ये जी लाइन है मैं तैनू कहता तू वस रहा शैतान के अड्डे उत्ते, प्रकाश लिखा वस रहा मर गया पर अपने खुदा का इनकार नहीं किया, यही योहन्ना ने दर्शन लिखा। और फिर मैं तेरे कम्मां नूं जानदा हाँ, परमेश्वर थोड़े और मेरे कम्मां नूं कितेई संसार के विश्वासी लोगों नूं बेहतर जानता। अपनी दृष्टि विच सुलेमान कहिंदा तू धर्मी आ लेकिन तेरी गंदगी तेरे अंदर आ, इदां लिखिआ तू कलीन नहीं आ, तू लोकां सामने कलीन हो सकदा खुदा सामने नहीं, तू गंदा है उहदे सामने। और की लिखिआ मैं तेरे कम्मां नूं जानदा हाँ, मैं तेरे कम्मां नूं जानदा हाँ, ये ओ शब्द हन, ये ओ शब्द हन जिहड़े समान रूप नाल सत कलीसियावां दे दूतां नूं कहे गए जिहड़े हरेक काल विच परमेश्वर दे जन रहे हन। परमेश्वर तमाम कलीसियां दे बारे जानदा कि किस कलीसिया च किहदे काम किदां दे हन, किदां दे विश्वासी लोक हन, खुदा नूं सारा पता है। वो शब्दां नाल कहिंदे सानूं 10 साल 15 साल 8 साल 9 साल चलदे हो गए, खुदा कहिंदा मैं तेरे कम्मां नूं जानदा, तेरे भावें 20 साल तैनू चलते हो गए, मैं तेरे कम्मां नूं जानदा हाँ। की कर यह शब्द दो तरह की दाखलता झूठी अते सच्ची नूं संबोधित करते हैं। यह जिहड़ा वचन दो चीज़ां दे बारे दिखा रहा, सच्चे ते झूठ दे बारे। हाँ जिथे यह एक झुंड के मन विच खुशी अते आनंद पैदा करते हैं, हाँ उत्थे ही दूसरे झुंड के मन विच डर पैदा करते हैं। इसे कलाम के द्वारा किसी के अंदर आनंद आ रहा सुन के, किसी अंदर भय आ रहा कि मेरे कमां नूं खुदा जानता है। एक आदमी यह विश्वासी कहता परमेश्वर मैनूं जानता, मैं वफादार हाँ, हिचका राजा मंगू। दूजा भी ईमानदार ही कहता यार मेरे को गलतियां बहुत हो, ये दो तरह के झुंड हैं। और फिर जबकि साड़ी मुक्ति कम्मा तो नहीं, साड़ी मुक्ति जड़ी आ साड़े काम इन्ने अच्छे नहीं, जो शायर भी पुत्ते गल लिखी आ साड़े काम प्रभु यीशु मसीह के सामने लिखिया फटे हुए कपड़े वर्गे आ, पंजाबी च लिखिया लीरां इदां लिखिया है, कुछ भी नहीं हन। साड़ा उधार साड़े कम्मा तो नहीं होया, उदे अनुग्रह के द्वारा असं इतने बैठे हाँ, उदा अनुग्रह होया असी इस चर्च में आके बह गए, उदा कलाम सुनते पे हैं, ये अनुग्रह द्वारा है। साढ़े काम तो चंगे नहीं, किसी व्यक्ति का एक भी काम चंगा नहीं, रोमियों के खाचे लिखे कोई भी नहीं, एक भी नहीं, ये उदे अनुग्रह के द्वारा उदी दया के द्वारा असं कलाम प्रचार कर रहा, मैं उदी दया द्वारा तुम सुनते पे हो, उसकी दया द्वारा तुम जिंदा हो अज तक, तो सानू इन सारिया गलों प्रभु का धन्यवाद करना चाहिए, क्योंकि तमाम लोगों से अनुग्रह नहीं होया, जे उन्होंने होंदा उन्होंने भी कई हजारों लोग इतने चर्च बैठे होंगे कि दुआ दुआ कर रहे होंगे। खुदा ने तुहानू और मैनू इस पूरी दुनिया विच्चों चुनिया, पूरे संसार विच्चों ये साडे ते अनुग्रह होया, साढ़े कामां करके नहीं होया, किसी बहुत अच्छे काम कर दी, साढ़े तक काम बिल्कुल बुरे से लेकिन उसकी दया द्वारा असीं इत्थे बैठे हैं। और की लिखिया जबकि साड़ी मुक्ति कम्मां तो नहीं बल्कि अनुग्रह तो ही हुई है, और मगर सच्ची मुक्ति ऐसे कम्मां नूं जरूर प्रगट करती है जिहड़े परमेश्वर नूं प्रसन्न करते हैं। ये नजात का काम जिहड़े उसके कम्मां नूं साबित कर रहे हैं, अपनी जिंदगी नूं प्रमाणित कर रहे हैं, उन्होंने उत्ते और भी अनुग्रह है। और हे बच्चों कोई तुहानू ना भरमाए
ਜਿਹੜਾ ਧਰਮ ਕਰਦਾ ਹੈ ਸੋ ਧਰਮੀ ਹੈ ਇਹ ਕਿੰਨੀ ਆਇਤ ਹੈ ਪਹਿਲਾ ਯੋਹੰਨਾ 3:7 ਪਹਿਲਾ ਯੋਹੰਨਾ ਦੀ ਅੰਜੀਲ ਅੰਜੀਲ ਕਨਾ ਪਤਰੀ ਉਹਦਾ 3:7 ਹੈ ਕਿਉਂ ਕੋਈ ਤੁਹਾਨੂੰ ਨਾ ਪਰਮਾਵੇ ਤੁਹਾਨੂੰ ਕੋਈ ਨਾ ਪਰਮਾਵੇ ਹਾਂ ਜਿਹੜਾ ਧਰਮ ਕਰਦਾ ਹੈ ਜਿਹੜਾ ਧਰਮ ਕਰਦਾ ਸੋ ਧਰਮੀ ਹੈ ਉਹ ਧਰਮੀ ਆ ਜਿਵੇਂ ਉਹ ਧਰਮੀ ਹੈ ਜਿਵੇਂ ਤੇਰਾ ਖੁਦਾ ਤੇਰਾ ਬੁਲਾਉਣ ਵਾਲਾ ਧਰਮੀ ਆ ਔਰ ਇਸ ਦਾ ਜੇਕਰ ਕੋਈ ਅਰਥ ਹੈ ਤਾਂ ਹਾਂ ਇਹ ਹੈ ਕਿ ਜੋ ਕੁਝ ਮਨੁੱਖ ਕਰਦਾ ਹੈ ਉਹੀ ਹੁੰਦਾ ਹੈ ਜੋ ਕੁਝ ਮਨੁੱਸ਼ ਕਰਦਾ ਉਹੀ ਹੋ ਰਿਹਾ ਆ ਔਰ ਯਾਕੂਬ 3:12 ਵਿੱਚ ਲਿਖਿਆ ਹੈ ਯਾਕੂਬ 3:12 3 chapter ਉਹਦੀ 12 ਤੇ ਗੱਲ ਲਿਖੀ ਹੇ ਮੇਰੇ ਭਰਾਵੋ ਹੇ ਮੇਰੇ ਭਰਾਵੋ ਕੀ ਹੋ ਸਕਦਾ ਹੈ ਕੀ ਹੋ ਸਕਦਾ ਜੋ ਹਜ਼ੀਰ ਦੇ ਬੂਟੇ ਚੋਂ ਜੈਤੂਨ ਦਾ ਫਲ ਅਥਵਾ ਅੰਗੂਰੀ ਵੇਲ ਨੂੰ ਹੰਜੀਰ ਲੱਗੇ ਇਹ ਕਦੀ ਨਹੀਂ ਹੋ ਸਕਦਾ ਜਿਸ ਚੀਜ਼ ਦਾ ਬੀਜ ਉਹੀ ਫਲ ਲੱਗੇਗਾ ਇਹਨੂੰ ਖਿਆਲ ਨਾਲ ਸੁਣਨਾ ਬਹੁਤ ਅੱਛੀ ਗੱਲ ਲਿਖੀ ਆ ਜਿਸ ਚੀਜ਼ ਦਾ ਬੀਜ ਆ ਉਹੀ ਫਲ ਆਏਗਾ ਔਰ ਖਾਰੇ ਪਾਣੀ ਵਿੱਚੋਂ ਵੀ ਮਿੱਠਾ ਪਾਣੀ ਨਹੀਂ ਨਿਕਲਦਾ ਇਹ ਯਾਕੂਬ ਕਹਿੰਦਾ ਖਾਰੇ ਪਾਣੀ ਵਿੱਚੋਂ ਕਦੀ ਮਿੱਠਾ ਪਾਣੀ ਨਹੀਂ ਨਿਕਲ ਸਕਦਾ ਔਰ ਰੋਮੀਆਂ 6 ਉਹਦੀ ਦੂਸਰੀ ਆਇਤ ਅਨੁਸਾਰ ਹਾਂ ਅਸੀਂ ਜਿਹੜੇ ਪਾਪ ਦੀ ਵੱਲੋਂ ਮੋਏ ਹੁਣ ਅਗਾਂਹ ਨੂੰ ਉਸ ਵਿੱਚ ਕਿਉਂ ਕਰ ਜੀਵਨ ਕਟੀਏ ਇਹ ਜੇ ਬੀਜ ਦੇ ਉੱਤੇ ਡਿਪੈਂਡਡ ਆ ਤੇਰੇ ਬੀਜ ਕਿਹੜਾ ਤੇਰੇ ਅੰਦਰ ਕੰਮ ਕਰ ਰਿਹਾ ਅੱਜ ਮੈਂ ਤੁਹਾਨੂੰ ਇਹ ਗੱਲ ਨੂੰ ਕਲੀਅਰ ਕਰਨਾ ਚਾਹੁੰਦਾ ਯਸੂਬ ਸਿੰਘ ਨੇ ਇੱਕ ਗੱਲ ਕਹੀ ਧਿਆਨ ਨਾਲ ਸੁਣਨਾ ਚੇਲੇ ਕਹਿੰਦੇ ਪ੍ਰਭੂ ਜੀ ਉਹ ਤੁਸੀਂ ਤਾਂ ਕਣਕ ਬੀਜੀ ਸੀ ਵਿੱਚੋਂ ਇਹ ਬੂਟੇ ਜੰਗਲੀ ਕਿੱਥੋਂ ਆ ਗਏ ਯਸੂਬ ਸਿੰਘ ਨੇ ਕਿਹਾ ਕਹਿੰਦੇ ਪੱਟ ਦਈਏ ਕਹਿੰਦੇ ਨਹੀਂ ਇਹਨੂੰ ਵਧਣ ਦਿਓ ਵਾਢੀ ਤੱਕ ਜਿਲੇ ਵਾਢੀ ਹੋਏਗੀ ਆਪਣੇ ਆਪ ਹੀ ਅਲੱਗ ਹੋ ਜਾਣਗੇ ਕਿਤੇ ਇਹਨੂੰ ਪੱਟਦੇ ਪੱਟਦੇ ਤੁਸੀਂ ਕਿਸੇ ਅਸਲੀ ਬੂਟਾ ਬਿਨਾਂ ਉਹਦਾ ਜੜ੍ਹ ਤੋਂ ਪੱਟ ਹੋ ਜਾਏ ਮੇਰੇ ਭੈਣ ਭਰਾਓ ਉਹਨੇ ਪੁੱਛਿਆ ਕਿਵੇਂ ਹੋਇਆ ਚੇਲਿਆਂ ਨੇ ਪੁੱਛਿਆ ਕਹਿੰਦੇ ਕਿਸੇ ਵੈਰੀ ਦਾ ਕੰਮ ਆ ਖੁਦਾ ਨੇ ਜਿਹੜੇ ਤੁਸੀਂ ਕਬੂਲ ਕੀਤਾ ਤੁਹਾਡੀ ਜ਼ਿੰਦਗੀ ਕੁਛ ਹੋਰ ਸੀ ਮੇਰੀ ਵੀ ਜ਼ਿੰਦਗੀ ਕੁਛ ਹੋਰ ਸੀ ਪਰ ਸਮੇਂ ਦੇ ਮੁਤਾਬਕ ਉਹ ਆਪਣੇ ਕੰਮ ਵਿੱਚ ਲੱਗਾ ਰਹਿੰਦਾ ਦੁਨੀਆਂ ਦਾ ਸਰਦਾਰ ਦੁਸ਼ਟ ਆਤਮਾ ਉਹ ਸਾਡੇ ਅੰਦਰ ਕੋਸ਼ਿਸ਼ ਕਰਦਾ ਰਹਿੰਦਾ ਆਪਣੇ ਬੀਜ ਨੂੰ ਉਂਡੇਲ ਦੇਵੇ ਉਗਦਾ ਅਸੀਂ ਫਿਰ ਚੈੱਕ ਕਰੀਦਾ ਕਿ ਪਹਿਲੇ ਵਰਗਾ ਉਹ ਜਿਹੜਾ ਭਾਈ ਸੀ ਨਾ ਉਹਦਾ ਜੀਵਨ ਹੁਣ ਪਹਿਲੇ ਵਰਗਾ ਨਹੀਂ ਹੈ ਅਸੀਂ ਚੈੱਕ ਕਰੀਦਾ ਉਹ ਜਿਹੜੀ ਭੈਣ ਜੀ ਸੀ ਹੁਣ ਪਹਿਲੇ ਵਰਗੀ ਉਹਦਾ ਸੁਭਾਅ ਨਹੀਂ ਆ ਪਤਾ ਕਿਉਂ ਨਹੀਂ ਆ ਪਹਿਲਾਂ ਉਹਦਾ ਇਸ ਕਰਕੇ ਨਹੀਂ ਪਹਿਲਾਂ ਖੁਦਾ ਦਾ ਬੀਜ ਸੀ ਹੁਣ ਉਹਦੇ ਅੰਦਰ ਜੰਗਲੀ ਬੂਟੀ ਉੱਗ ਗਈ ਆ ਉੱਗ ਗਈ ਬੀਜ ਉੱਗ ਗਿਆ ਉਹਦੇ ਅੰਦਰ ਇਸ ਕਰਕੇ ਉਹ ਪਹਿਲੇ ਵਰਗੇ ਨਹੀਂ ਆ ਹੁਣ ਪਹਿਲੇ ਵਰਗਾ ਆਦਮੀ ਕਦੋਂ ਰਹਿ ਸਕਦਾ ਜਦ ਰਹੇਗਾ ਜਦ ਖੁਦਾ ਦੇ ਮਤਹਿਤ ਆਪਣਾ ਜੀਵਨ ਬਤੀਤ ਕਰੇਗਾ ਜਿਵੇਂ ਉਹਨੇ ਯਸੂਬ ਸਿੰਘ ਨੂੰ ਕਬੂਲ ਕੀਤਾ ਸੀ ਉਵੇਂ ਹੀ ਉਹ ਚੱਲੇਗਾ ਅਤੇ ਉਹ ਬੀਜ ਉਹਦਾ ਬੀਜ ਜਿਹੜਾ ਬਾਈਬਲ ਕਹਿੰਦੀ ਉਹ ਬਣਿਆ ਰਹੇਗਾ ਉਹ 'ਚ ਆਏਗਾ ਉਹ ਇੱਧਰ ਲਿਖਿਆ ਆ ਬਾਈਬਲ 'ਚ ਕਹਿੰਦੇ ਕਿਸੇ ਵੈਰੀ ਦਾ ਕੰਮ ਆ ਯਸੂਬ ਸਿੰਘ ਨੇ ਕਿਹਾ ਕਹਿੰਦਾ ਮੈਂ ਤਾਂ ਚੰਗਾ ਬੀਜ ਬੋਇਆ ਸੀ ਇਹ ਚੰਗਾ ਬੀਜ ਤਾਂ ਖੁਦਾ ਬੋਂਦਾ ਇੱਕ ਬੀਜ ਦਾ ਔਰ ਛਿੱਟੇ ਵਾਲਾ ਪਿੱਛੇ ਤੇਰੇ ਆ ਰਿਹਾ ਹੈ ਉਹ ਵੀ ਤੇਰੇ 'ਤੇ ਆਪਣਾ ਬੀਜ ਸਿੱਟੇਗਾ ਜੇ ਤੇਰੀ ਧਰਤੀ ਦੇ ਅੰਦਰ ਉਹਦੇ ਲਈ ਜਗ੍ਹਾ ਮਿਲ ਗਈ ਉੱਗ ਜਾਏਗਾ ਫਿਰ ਉਹ ਕੀ ਕਰੇਗਾ ਉੱਗ ਕੇ ਨਾਲ ਦੇ ਬੂਟੇ ਨੂੰ ਜਿਹੜੀ ਬੂਟਾ ਕਣਕ ਦਾ ਆ ਉਹਦੀਆਂ ਜੜ੍ਹਾਂ 'ਚ ਬਹਿ ਜਾਏਗਾ ਤਾਂ ਉਹਨੂੰ ਵੀ ਖਰਾਬ ਕਰੇਗਾ ਵਿਸ਼ਵਾਸੀ ਲੋਕ ਜਿਹੜੇ ਕਬੀਰ ਟੁੱਟ ਜਾਂਦੇ ਖਰਾਬ ਹੋ ਜਾਂਦੇ ਆ ਉਹਨੂੰ ਪੇਂਦ ਹੋ ਜਾਂਦਾ ਦੂਜਾ ਬੂਟਾ ਉਹਦੇ ਨਾਲ ਕਿਤੇ ਲੱਗ ਜਾਂਦਾ ਆ ਜੰਗਲੀ ਫਿਰ ਉਹਨੂੰ ਖਰਾਬ ਕਰ ਦਿੰਦਾ ਫਿਰ ਉਹ ਪੱਟ ਕੇ ਇੱਦਾਂ ਦਾ ਵਿਗਾੜਦਾ ਉਹ ਨਾ ਤੀਰੇ ਜੋਗਾ ਨਾ ਮੀਰੇ ਜੋਗਾ ਰਹੇ ਇਹ ਜਿੰਨੇ ਨੂੰ ਟੁੱਟ ਫੁੱਟ ਜਾਂਦੇ ਆ ਚਰਚ ਵਿੱਚੋਂ ਉਹਨਾਂ ਨੂੰ ਕੋਈ ਚੀਜ਼ ਪੇਂਦ ਹੋ ਜਾਂਦੀ ਹੈ ਉਹਦੇ ਨਾਲ ਹਿਸਾਬ ਲਾ ਲਿਆ ਕਰੋ ਉਹ ਜੁੜ ਗਿਆ ਕੋਈ ਉਹਦੇ ਨਾਲ ਜੰਗਲੀ ਬੂਟੀ ਉਹਦੇ ਪੈਰ ਉਖਾੜਦੇ ਇਹਨੂੰ ਖਿਆਲ ਨਾ ਸੁਣਾ ਇਹ ਬਾਈਬਲ ਦੀ ਗੱਲ ਆ ਜਿੰਨੇ ਲੋਕ ਇੱਥੋਂ ਟੁੱਟੇ ਹਨ ਉਹਨਾਂ ਦੇ ਨਾਲ ਕੋਈ ਦੂਜੀ ਬੂਟੀ ਪੇਂਦ ਕਰ ਗਈ ਜੰਗਲੀ ਉਹ ਅੱਜ ਇੱਥੇ ਨਹੀਂ ਆ ਔਰ ਜਿਸ ਸਿਸਟਮ ਵਿੱਚੋਂ ਅਲੱਗ ਹੋਏ ਸੀ ਅੱਜ ਉੱਥੇ ਵੀ ਨਹੀਂ ਆ ਉਹ ਰਹਿਣਾ ਹੀ ਨਹੀਂ ਕਿਉਂਕਿ ਉਹਨੂੰ ਨਾਲ ਦੀ ਬੂਟੇ ਨੇ ਟੱਚ ਹੋ ਕੇ ਉਹ 'ਚ ਪੇਂਦ ਹੋ ਗਈ ਆ ਉਹ ਹੁਣ ਆਪਣਾ ਜਿਹੜਾ ਸਿਸਟਮ ਉਹ 'ਚ ਪੇਚ ਕੇ ਉਹਨੂੰ ਆਪਣੇ ਵਰਗਾ ਬਣਾ ਲਿਆ ਉਹਨੇ ਜਦ ਖੁਦਾ ਦਾ ਬੀਜ ਰਹੇਗਾ
खुदा ना लगे रहोगे तो खुदार के बनते जाओगे दिन ब दिन। इधर लिखा इतने पढ़ो की लिखा मती 12:33 मती 12 चैप्टर ओदी 33 ते 34 आयत 34 आयत की कंदी है विच कहा गया है हाँ बिरछ नु चंगा बनाओ वृक्ष नु चंगा बनाओ अते ओदे फल नु भी चंगा ओदे फल नु भी चंगा जा बिरछ नु माड़ा बनाओ जे वृक्ष दे नु माड़ा बनाओ अते ओदे फल नु भी माड़ा ओदे फल नु भी माड़ा उदाहरण ती यीशु मसीह ने हाँ क्यों जो बिरछ अपने फलां तो ही पछाणिया जांदा है हे सप्पां दे बच्चियों तुसी बुरे हो के चंगियां गल्लां की कुर कर सकते हो जिदे अंदर इस दुनिया का सरदार अबलीस उत्पत्ति दी पुस्तक वाला वह आ जाता पहला बहुत चंगियां गल्लां करदे हुंदे सी हुण चो निकलदियां कदी कदी थोड़ी निकलदे रहिंदियां बुरियां बुरियां इहदा मतलब उहदा जहर उहदे अंदर बेसो घोल रहा उहदे अंदर जो कुछ मनुष्य तेरे अंदर आ वह की आएगा बाहर आएगा तेरे अंदर बाहर आएगा ये मत्ती 15 अध्याय च गल लिखी है लिखा जो कुछ तेरे अंदर आ वह बाहर आ जाना अपने आप ही मरकस 7:21 च भी गल लिखी है तेरे दिल के अंदर की वह बाहर आएगा जे खुदा का बीज तेरे अंदर है वह बाहर आएगा जी दुनिया के सरदार का बीजा वह भी बाहर आएगा लिखा दरख्त अपने फलों तो जांचा जाएगा एक कौन और की लिखा क्योंकि जो मन विच भरिया होया है जो कुछ इंसान के मन विच भरिया वही मुंह उत्ते आउंदा है अपने आप जुबान ते आ जांदा अपने आप आएगा तेरे अंदर की भरिया जे कलाम भरिया ते कलाम आएगा भविष्यवाणी भरी हुई है भविष्यवाणी आएगी चंगियाई की दात नाल भरिया होया ते चंगियाई आएगी अनुवाद की दात नाल भरिया होया अनुवाद आएगा तेरे अंदरों दर्शन भरिया होया ते दर्शन निकलेगा तेरे अंदरों जिस चीज ने ईमानदार के विश्वासी भरिया होंदा उस चो निकल निकल के बाहर आता है पता लग जाता कि अंदर ये चीज है इधर लिखा बाइबल यही कहती है और की लिखा हुण देखो कि अगर एक व्यक्ति वचन तो पैदा होया है एक व्यक्ति विश्वासी ये तो कलाम तो पैदा होया ता उस तो वचन ही पैदा होवेगा ये तो इदे विच पैदा हो गया तदी यीशु मसीह ने कहा ना हुण तुसी लहू तो नमाज तो हुण खुदा दी कलाम तो पैदा होए हैं जिले असीं नवा जन्म पाने हैं तौबा करके बसमा लैने हैं नवा जन्म पाने हैं बाइबल च लिखा ना असीं लहू तो पाल सुल कहिंदा नमाज तो असीं हुण उहदे वचन तो पैदा होए हैं ते जिहड़े वचन दी संतान है ना वह यीशु मसीह दे कम्मां नूं प्रगट करदी रहेगी उहदे काम उच्चों डेली प्रगट होंदे रहने पता लग जाणा किहदे नाल किहड़ा बीज है और की लिखिआ जिस तरह पहला पत्रस उहदी पहली अध्याय उहदी तीसरी आयत पहला पत्रस पहला अध्याय 23वीं आयत 13वीं आयत 23 आयत हां विच कहा गया है हां क्यों जो तुसी नासवान तुखम तो नहीं साड़ा यीशु मसीह नासवान तुखम तो नहीं होया इधर एक गल लिखी पत्र खाचे तुसी नासवान तुखम तो नहीं सगो अविनाशी तो अविनाशी तुखम तो पैदा होए हैं जिचे जिंदगी है और परमेश्वर दे वचन दे राही परमेश्वर दे वचन दे राही जेड़ा जिंदा अते स्थिर है जेड़ा जिंदा अते स्थिर है नवे सिरों जन्मे हो जिले तुसीं बसमा लिता लिखिया ना लहू तो ना मास तो हुण दे वचन तो पैदा होए आ जिहड़ा वचन तो पैदा होया उहदे अंदर वचन आएगा उहदे च बाहर आएगा और किसी व्यक्ति दे जीवन दे फल जां काम उस तरह दे ही होणगे हाँ जिस तरह दा बीज जां जीवन उस विच है बस एक विश्वासी दी पहचान हुंदी उह दस्सेगा उच्च की भरिया होया उहदे सारे सिस्टम तो पता लग जाएगा इहदे अंदर की है वह आप ही बाहर आएगा उहदे फल तो जाणा जाएगा ये किस किस्म का व्यक्ति है एक गल मैं मैं सीढ़ी सुनी सी करी बहुत अने भाषा के अनुवाद दिते डीस दिना करते ने भाषा के अनुवाद के बारे उन्होंने करी बोलिया सी वो बहुत अच्छी सी उन्हें क्या कोई आदमी पछाणा जाएगा
पछाण वो सब तो अच्छी पछाण वो जबान तो होंगी है किस किस्म का व्यक्ति है वो जबान दसेगी किस किस्म का आदमी है। वो एदा बोल रहे थे तो गल्लां अंदरों हार नूं टच कर रही थी कि यार साड़ी जबान भी कई बार वधिया नहीं होंगी। मेरे भैन भराओ जो कुछ तेरे अंदर भरिया बाहर आ जाना अपने आप ही तेरी किस्म पता ला जाने तू किस किस्म का दरख्त है तेरे फल दसणगे। और की लिखिया इसलिए जिसके अंदर वचन है जिसके अंदर वचन उसके काम वचन के अनुसार ही होंगे ओदे काम भी ओदे वचन अनुसार ही होंगे। जिसके अंदर वचन ओदे काम भी ओदे अनुसार होंगे। और ओहो पिरगमन काल विच यह तत्थ किस तरह उस उपर दोष लगा रहा है। पिरगमन काल जिहड़ी कलीसिया प्रकाशित वाक्य दी ओदे ते दोष वर के किवें दोष ला रहा की कह रहे हो इत्थे ओह खड़ा है जिसके तुल कोई भी नहीं है अते जिसके हाथ विच दो धारी तलवार है परमेश्वर का वचन है अते ओही वचन अंतिम दिन साडा न्याय करेगा। किसी ने न्याय नहीं करना। यसू मसीह ने कहा मैं तुहाडा न्याय नहीं करूँगा। यसू मसीह ने कहा वचन ही तुहाडा दिन की करेगा न्याय करेगा। वचन के अनुसार तुहाडा न्याय होना तेरे काम वचन के अनुसार प्रगट हो जाने। तो बाइबल की कहती है दो ही जगह हैं जिथे तेरे स्थान होने तो उत्थे चलना तभी लिखे ना प्रकाशित वाक्य च शायद तेरा अध्याय वो पढ़ी एक लाइन पढ़ना काके तेरा चैप्टर की लिखा बारह कि आए तो तेरह तेरह कि बारह तेरह है उत्थे एक बहुत अच्छी गल लिखी है अते ओ वड्डियां निशानियां भी विखाउंदा है। नहीं सॉरी चौदह चैप्टर की तेरह पढ़ो के लिखा प्रकाशित वाक्य इतने मैं तुम टच इस कर करा चाहता तुम पता लगे क्यों बाइबल की कहती साढ़े काम कमां दे बारे। हाँ फिर मैं एक आवाज आकाशों ए आखते सुनी हाँ पई लिख लै धन मुरदे जेड़े इदो अगे प्रभु विच होके मरण। एक प्रभु विच होके मरना एक परमेश्वर तो बाहर होके मरना ये दोनों च फर्क आ। एक वचन विच रह के मर जाना एक वचन तो बाहर रह के मरना मानते हो भी यसू मसीह नूं पर वचन के मुताबिक नहीं है जेडे वचन के मुताबिक जी रहे हैं वचन जीवन जी कर रहे हैं वह कितने जाएंगे तो जेडे वचन तो बिना जी रहे हैं वह कितने जाएंगे। तेरा किसी ने न्याय नहीं करना इस कलाम ने तेरा न्याय करना ये ना तेरा हिसाब किताब होना। लिखा पुस्तकें खोली गई उनके कामों के अनुसार उनका न्याय किया गया। इतने ये बहुत अच्छी लाइन और की लिखा असल विच वचन अज भी साड़ी जांच करता रहता है। एक और पढ़ियो की लिखा थोड़ा आत्मा आखता है हाँ इसलिए जो उन्ना दिया मेहनता तो उन्ना नो आराम मिलेगा क्यों जो उन्ना दे काम उन्ना दे नाल नाल जानते हैं। तेरा कुछ नहीं जाना इतो तेरे काम उन्ना दे नाल नाल जानते हैं जेडे काम आ साड़े वो जानगे ते उदे मुताबक साड़ा हिसाब किताब होना। बाइबल इदा कहती प्रकाशित वाक्य वचन ही तेनू मुरद्या विचों जवालेगा वचन ही तेरा न्याय करेगा वचन ने तेनू दसना कि तू केड़ी जगह तेरे लिटराई गई जेडे वचन उहदे तुखम तो पैदा होए आ उहदे फलां तो पता लगता कि परमेश्वर दी परमेश्वर तो पैदा होया है जेड़ा परमेश्वर तो पैदा होएगा तो रहेगा उहदे विच वो अपनिया सारिया दाता उंडेल देगा खुदा उन्हें इस्तेमाल करेगा। विश्वासी लोग पाकरू पा सकते हैं पर इस्तेमाल नहीं हो सकते क्योंकि वह पाकरू पाने तो बाद भी उही होंगे है जेडे पहले से। बाइबल लिखा जिन्हों चाहता एक एक करके वरदान उंडेल दिता अंदर पर दिखते नहीं वरदान आप ही बनाया कई ने मेरे अंदर आ वरदान आ मेरे आप ही बनाया पर काम कोई नहीं है। मैं तुहानू कह कि मैं बहुशक्ता है मेरा काम कोई नहीं बहुशक्ता वाला मैं कह मैं चंगाई का वरदान आ मेरे कभी चंगाई हो होंगी तो है नहीं कभी सिर दर्द दूर हट गया यह तो विश्वास दल्ला कई बार कोई विश्वास ना भी हट जाए कई बदलू कोई लोग विश्वास लगे तो भी ठीक हो जाते हैं।
कई बारी साढ़े मुँह चो शब्द निकल जाते तां वी हो जाते हैं। इन्हों ख्याल ना सुनना, बाइबल की कहती ये वचन दुखम तो पैदा होया तो तेरे काम वो प्रकट करेगा। तेरे काम की हैं विश्वासी लोग फट पछाण लैन दूजे लोग। वो कहते भाजी गर्म बड़ा है, उदा तो है तो भाई अपने चर्च का, पर बड़ा तत्ते सुभाद आया। मैं क्या हले मरिया नहीं, पूरी तरह ना जिंदा है। ये अंदर हले उदा बीज हैगा दुनिया के सरदार का, ता इना तत्ता है कितने कितने काम करता वह बीज, फिर वो रूप में आ जाता। इन हम ख्याल ना सुनना, बाइबल की कहती है ये इतने की लिखा पढ़ो। हाँ मैं तेरे कम्मां नूं जानदा हाँ, इन्हां शब्दां दे नाल प्रभु उत्थे खड़ा उन्हां दे जीवन की जाँच कर रहा है अते देख रहा है कि इन्हां दा जीवन उस तरह का है जिस तरह का परमेश्वर ने सोचा सी। परमेश्वर जाँच करदा जिदा चाहुंदा उदा उहनूं लभदा नहीं है। बाइबल कहती तदी उन्हें कहा जिहड़े फल लैण आया देखिया नहीं फल दे रहा, लिखा तेनूं अगे तो कदी फल ना लगे, लिखा शरापित हो गया। उन्हें शराब दिते कभी ना गिदर लगे। मेरे भैन भरा वचन दे विच नहीं रहोगे तो भावें कुछ भी हो जाए तुम कुछ भी नहीं, तेरा न्याय करेगा खुदा, वचन तेरा न्याय करेगा। जिले तुम पैदाइश की किताब पढ़ते उस गल से मैं तुम्हें लैके जाना चाहना। आइए उत्पत्ति की पुस्तक, अरे साढ़े को टाइम हैगा अद्धा घंटा होर, और उत्पत्ति की पुस्तक उसके तीन चैप्टर से जिले आप ध्यान देने तीन अध्याय से उत्थे बहुत अच्छी कुछ गल्लां लिखिया हैं। इन्हू पढ़ांगे तीन चैप्टर। हाँ पढ़िए तीन चैप्टर। पहली है सब इत्थे बहुत वधिया ओल्ड टेस्टामेंट च उत्पत्ति दी पुस्तक ते प्रकाशित वाक्य दी पुस्तक, इहदे बारे मैं पढ़िया एक पुस्तक चो। ये उहदी शुरुआत आ जिहड़ा लास्ट प्रकाशित वाक्य आ ਉਹ ਸ਼ੈਤਾਨ ਨੂੰ ਨੰਗਿਆਂ ਕਰਦਾ ਕਿ ਉਹਦਾ ਉਹਦਾ ਬਣੇਗਾ ਕੀ, ਉਹਦਾ ਉਹ ਅੰਤ ਦਿਨਾਂ ਵਿੱਚ ਕੀ ਹੋਏਗਾ ਉਹਦਾ ਸ਼ੈਤਾਨ ਦਾ। ਉਹ ਬਹੁਤ ਜਿੰਨੀ ਮਰਜ਼ੀ ਦੁਨੀਆਂ 'ਚ ਹਲਚਲ ਪਾ ਲਏ ਅਖੀਰ ਉਹਦਾ ਅੰਤ ਵਿਨਾਸ਼ ਆ, ਖਤਮ ਹੋ ਜਾਏਗਾ। ਉਹ ਜਿਹੜੀ ਝੀਲ ਦੀ ਅੱਗ ਆ ਉਹ ਵਿਸ਼ਵਾਸੀਆਂ ਲਈ ਨਹੀਂ ਆ ਮੇਰੇ ਭੈਣ ਭਰਾਓ, ਬਾਈਬਲ ਕਹਿੰਦੀ ਉਹ ਦੁਸ਼ਟ ਅਤੇ ਉਹਦੇ ਨਾਲ ਜਿਹੜੇ ਸੁਭਾਗੀ ਤੋਂ ਗਰਾਏ ਗਏ ਉਹਨਾਂ ਵਾਸਤੇ ਆ। ਇਨਸਾਨ ਲਈ ਨਰਕ ਨਹੀਂ ਆ, जे नरक इंसान जा रहा तो वह अपनी मर्जी ना जा रहा, उसके परमेश्वर ने नहीं बनाया। वो जिले नहीं चलता तो वह अपने रस्ते आप उधर लेके जा रहा, वो अपनी इच्छा ना जा रहा नरक में, परमेश्वर नहीं चाहता कोई नरक जाए। क्योंकि इदा थिमोथी का लिखा वह चाहता है सब जाने बचाए जाए, इदा लिखा है। वो दूसरी गल लिखी वो कभी नहीं चाहता कोई आदमी मरे नरक में। ये जी लाइन हाँ पढ़िए की लिखा, सप्त सब जंगली जानवरों नालों जिन्हां नूं यहोवा परमेश्वर ने बनाया सी चातर सी। हाँ। अते उसने उस तीवी नूं आख्या भला परमेश्वर ने सचमुच आख्या है कि बाग दे किसी बिश तों तुसी ना खाओ। तीवी ने सप नूं आख्या सचमुच ये गल कही है कि तुसी बाग दे किसी फल चों नहीं खाणा। हाँ तीवी ने सप नूं आख्या, तीवी ने सप नूं आख्या कि बाग दे बिरछां दे फलों तां असीं खांदे हां। हां पहले लफ्ज की सी किसी लिखिया, शब्द नूं गोल मोल करके उन्हें उन्हूं प्रेरिया दख्त। यह क्या कि परमेश्वर के किसी भी उन्हें किसी शब्द वरत्या, पर उन्हें क्या नहीं वह तो खा रहे हैं पर एक दरख्त तो मना किया है। और फिर पर जेड़ा बिरछ बाग दे विचकार है उसके फल तो परमेश्वर ने आख्या तुसी ना खाओ। एक और दरख्त था उतो खुदा ने मना किया ना खाओ, और फिर ना उनो हाथ लाओ, ना नु हाथ लाओ अजीहा ना होवे, अजीहा ना होवे कि तुसी मर जाओ, तुसी मर जाओगे। और पर सप ने तीवी नु आख्या, सप ने तीवी नु आख्या कि तुसी कदी ना मरोगे, तू कदी नहीं तुसी मर सकदे, सगो परमेश्वर जानदा है हां कि जिस दिन तुसी उस तो खाओगे ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ। ਇਹੋ ਜਿਹੀ ਤਾਲੀਮ ਦਿੰਦਾ ਔਰ ਵਿਸ਼ਵਾਸੀਆਂ ਨੂੰ ਇਹੋ ਜਿਹੀ ਤਾਲੀਮ ਦਿੰਦਾ। ਉਹ ਭਾਜੀ ਵਿਜੇ ਇਹਨਾਂ ਦਾ ਸੇਵਾ ਚ ਉੱਠਣ ਨਹੀਂ ਕਿਸੇ ਨੂੰ ਦਿੰਦੇ, ਪ੍ਰੇਰਦਾ ਆ ਉਹ ਚਾਹੁੰਦੇ ਨਹੀਂ ਹੈ।
ਉਹ ਨਾ ਉਹ ਚਾਹੁੰਦੇ ਕਿ ਬਸ ਸਾਡੇ ਇੱਥੇ ਰਹਿਣ, ਸਾਡੇ ਕੋਲ ਰਹਿਣ, ਉੱਠਣ ਦੇ। ਸ਼ੈਤਾਨ ਆ ਕੇ ਇਬਲੀਸ ਦੀ ਆਤਮਾ ਪਾਉਂਦੀ। ਮੈਂ ਕਿਸੇ ਨੂੰ ਕਿਹਾ, ਮੈਂ ਕਿਹਾ ਉਹਨੂੰ ਇਹ ਨਹੀਂ ਪੁੱਛਿਆ ਕਿ ਜਿਹੜੇ ਪਹਿਲੇ ਸੇਵਾ ਕਰਦੇ ਪਏ ਉਹ ਤਾਂ ਪਾਸਟਰ ਵਿਜੇ ਨੇ ਖੁਦ ਲਾ ਕੇ ਆਉਂਦੇ, ਉਹਨੂੰ ਛੱਡ ਕੇ ਆਏ ਉਹ ਜਗ੍ਹਾ ਕਿ ਇਹ ਇੱਥੇ ਲੋਕਾਂ 'ਚ ਜਾ ਕੇ ਇਹ ਲੋਕ ਇੱਥੇ ਨਾ ਆਣ, ਉੱਥੇ ਤੁਸੀਂ ਉਹਨਾਂ ਨਾਲ ਜੁਆਇਨ ਹੋ ਜਾਓ, ਇੱਥੇ ਸੇਵਾ ਕਰੋ। ਇਹ ਜਵਾਬ ਨਹੀਂ ਦਿੱਤਾ, ਬਲਕਿ ਸੁਣ ਲਿੱਤਾ ਕਿ ਉਹ ਉੱਠਣ ਦਿੰਦੇ। ਇਹ ਗੱਲ ਦਿਮਾਗ 'ਚ ਹੀ ਨਹੀਂ ਆਈ, ਉਹਦੇ ਆਉਂਦੀ ਨਹੀਂ। ਸ਼ੈਤਾਨ ਆਉਣ ਦਿੰਦਾ ਹੀ ਨਹੀਂ ਇਹਨਾਂ ਦੇ, ਇਹਨਾਂ ਨੂੰ ਉਲਝਣ 'ਚ ਪਾ ਕੇ ਕਿਸੇ ਦਰਖਤ ਵਿੱਚੋਂ। ਉਹ ਕਹਿੰਦੇ ਕਿਸੇ 'ਚੋਂ ਤਾਂ ਨਹੀਂ ਕਿਹਾ, ਪਰ ਇੱਕ ਹੈਗਾ ਉਹਦੇ ਬਾਰੇ ਕਿਹਾ। ਇੱਥੇ ਤੱਕ ਇਹਨੂੰ ਇਹਨੇ ਜਵਾਬ ਠੀਕ ਤਾ, ਔਰ ਉਹਨੇ ਕੀ ਕਿਹਾ ਪੜ੍ਹੀਏ। ਸਗੋਂ ਪਰਮੇਸ਼ਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ। ਇਹ ਦੇਖੇ ਸੁਣੀਏ, ਇਹ ਰਹਿੰਦਾ ਵੀ ਉਸੇ ਹੀ ਉਸੇ ਜਗ੍ਹਾ 'ਤੇ ਹੀ ਆ। ਕਲੀਸਿਆ 'ਚ ਵੀ ਇੱਥੇ ਹੀ ਉਹ ਵੀ ਬੰਦੇ ਰਹਿੰਦੇ, ਕਈ ਵਾਰੀ ਜਿਹੜੇ ਉਲਟੀ ਗੱਲ ਕਰਕੇ ਤੁਹਾਡੇ ਤੋੜ ਦਿੰਦੇ ਹਨ। ਅਬਲੀਸ ਦਾ ਆਤਮਾ ਉਹ 'ਚ ਕੰਮ ਕਰ ਰਿਹਾ ਹੁੰਦਾ, ਤੁਹਾਡੇ ਵਿੱਚ ਹੀ ਹੁੰਦੇ ਹੋ। ਇਹ ਵੀ ਵਿੱਚ ਹੀ ਹੈ, ਅਦਨ ਦੀ ਬਾਟਕਾ ਦੇ ਵਿੱਚ, ਕੋਈ ਤਾਂ ਵੱਖਰਾ ਨਹੀਂ ਹੈ। ਇਹਦੇ ਵਿੱਚ ਹੀ ਉਹਨੂੰ ਭਰਮਾ ਰਿਹਾ। ਤਦੀ ਪੌਲਸੂਲ ਇੱਕ ਗੱਲ ਲਿਖੀ ਸੁਲਤਾ ਵਿੱਚ, ਤੁਹਾਡੇ ਵਿੱਚੋਂ ਕਈ ਪੁਰਸ਼ ਖੜ੍ਹੇ ਹੋਣਗੇ, ਉਲਟੀਆਂ ਗੱਲਾਂ ਕਰਨਗੇ, ਇਹਦਾ ਲਿਖਿਆ ਕਿ ਤੁਹਾਨੂੰ ਤੋੜ ਦੇਣ। ਇੱਥੇ ਬੜੀ ਅੱਛੀ ਇੱਕ ਫੈਮਿਲੀ ਆਉਂਦੀ ਸੀ, 22 ਸਾਲ ਜੁੜੀ ਰਹੀ, 22 ਸਾਲ। ਅਤੇ ਸਾਡੀ ਭੈਣ ਨੇ ਇੱਕ ਮਿੰਟ 'ਚ 22 ਸਾਲ ਨੂੰ ਇਹਦਾ ਕਰਤਾ, ਉਹ 'ਚ ਅਬਲੀਸ ਆਇਆ, ਉਹਨੇ ਉਹਨੂੰ ਉਡਾ ਦਿੱਤਾ। ਅਬਲੀਸ ਆਇਆ, ਅਬਲੀਸ ਉਹਦੇ ਅੰਦਰ, ਉਹਨੇ 10-15 ਬੰਦੇ ਅੰਦਰ ਬੀਜ ਪਾ ਕੇ ਉਹਨੂੰ ਡੈੱਡ ਕਰਤਾ। ਕਿਸੇ ਜੋਗੇ ਵੀ ਨਹੀਂ ਰਹੇ, ਜਿਹੜੇ 20-25 ਸੀ, ਕਿਸੇ ਜੋਗੇ ਨਹੀਂ ਰਹਿਣ ਦਿੱਤੇ ਉਹਨੇ। ਅਤੇ ਉਹਨਾਂ ਨੂੰ ਇਹ ਨਹੀਂ ਪਛਾਣ ਆਈ ਕਿ ਅਸੀਂ ਬਾਇਲ ਪੜ੍ਹਦੇ 'ਚ ਤਾਂ ਅਬਲੀਸ ਆ ਗਿਆ ਹੈ। ਇਹ ਅੱਜ ਵੀ ਇਸੇ ਅਦਨ ਦੀ ਬਾਟਕਾ 'ਚ ਰਹਿ ਕੇ ਮੁਖਾਲਫਤ ਕਰ ਰਿਹਾ ਹੈ, ਇਹ ਉਸੇ ਅਦਨ ਦੀ ਬਾਟਕਾ 'ਚ ਰਹਿ ਕੇ, ਦੋਨੋਂ ਹੀ ਉੱਥੇ ਹੀ ਆ, ਅਤੇ ਪਰਮੇਸ਼ੁਰ ਦੀ ਮੁਖਾਲਫਤ ਕਰ ਰਿਹਾ ਸ਼ੈਤਾਨ। ਜਿਹੜੇ ਵਿਸ਼ਵਾਸੀ ਕਿਸੇ ਅੰਦਰ ਇਹ ਸੱਪ ਵੜ ਜਾਂਦਾ, ਉਹ ਉੱਥੇ ਹੀ ਰਹਿ ਕੇ ਮੁਖਾਲਫਤ ਕਰਦਾ, ਅਤੇ ਦੂਜੇ ਵਿਸ਼ਵਾਸੀ ਨੂੰ ਪਤਾ ਨਹੀਂ ਲੱਗਦਾ ਇਹਦੇ ਅੰਦਰ ਬਲੀਸ ਆ ਗਿਆ। ਉਹ ਕਹਿੰਦਾ ਹਾਂ, ਇਹਦਾ ਹੋਣਾ ਨਹੀਂ ਚਾਹੀਦਾ। ਉਹਦੇ ਅੰਦਰ ਪ੍ਰਵੇਸ਼ ਕਰ ਗਿਆ, ਤਾਂ ਉਹ ਠੀਕ ਜਵਾਬ ਨਹੀਂ ਦੱਸਦਾ। ਇਹਨੂੰ ਕਹਿੰਦਾ ਜਿੱਦਣ ਖਾਓਗੇ ਤੁਹਾਡੀਆਂ ਅੱਖਾਂ ਖੁੱਲਣਗੀਆਂ। ਤਾਂ ਉਹਨੇ ਕੀ ਕਿਹਾ ਪੜ੍ਹੀਏ, ਅਤੇ ਤੁਸੀਂ ਪਰਮੇਸ਼ੁਰ ਵਾਂਗੂ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਸੁਣੀਏ, ਖਿਆਲ ਸੁਣੀਏ, ਇਹਨੂੰ ਇਹ ਨਹੀਂ ਪਤਾ ਕਿ ਬਾਈਬਲ 'ਚ ਲਿਖਿਆ ਪਹਿਲੇ ਚੈਪਟਰ ਵਿੱਚ, ਇਸੇ 'ਚ ਦੂਜੇ ਚੈਪਟਰ ਵਿੱਚ, ਕਿ ਆਓ ਅਸੀਂ ਆਦਮ ਨੂੰ ਕਿਧਰ ਕਾ ਬਣਾਈਏ। ਬੋਲੋ, ਇੱਧਰ ਖਿਆਲ ਕਰੀ, ਕਿਧਰ ਕਾ ਬਣਾਈਏ, ਬੋਲੋ ਕਿਹਦੇ ਵਰਗਾ। ਤੁਹਾਨੂੰ ਕੋਈ ਪੁੱਛੇ ਕਿ ਪਹਿਲੀ ਗੱਲ ਖੁਦਾ ਨੇ ਕਹੀ, ਆਓ ਆਦਮ ਨੂੰ ਆਪਣੇ ਸਰੂਪ 'ਤੇ ਬਣਾਈਏ। ਇਹਨੂੰ ਇਹ ਨਹੀਂ ਪਤਾ ਤਾਂ ਮੈਂ ਤਾਂ ਆਲਰੇਡੀ ਪਹਿਲਾਂ ਹੀ ਉਹਦੇ ਸਰੂਪ ਵਿੱਚ ਹਾਂ, ਮੈਨੂੰ ਉਹਦੇ ਵਰਗਾ ਕੀ ਬਣਨਾ। ਇੱਦਾਂ ਭਰਮਾਉਂਦੀਆਂ ਬਦਰੂਹਾਂ, ਦੁਸ਼ਟਾਤਮਾ ਇੱਦਾਂ ਉਸ ਬੱਚੇ ਨੂੰ ਘੁਮਾਤਾ। ਉਹਨੂੰ ਪਤਾ ਤੁਸੀਂ ਖਾਓਗੇ ਤੁਹਾਡੀਆਂ ਅੱਖਾਂ ਖੁੱਲਣਗੀਆਂ, ਤੁਸੀਂ ਉਹਦੇ ਵਰਗੇ ਬਣ ਜਾਓਗੇ। ਉਹ ਤਾਂ ਆਲਰੇਡੀ ਪਹਿਲਾਂ ਹੀ ਉਹਦੇ ਵਰਗੇ, ਹੁਣ ਕੀ ਬਣਨਾ। ਵਿਸ਼ਵਾਸੀ ਲੋਕੋ, ਤੁਹਾਨੂੰ ਪਤਾ ਹੀ ਨਹੀਂ ਚੱਲਦਾ ਕਿ ਤੁਹਾਨੂੰ ਕਿਵੇਂ ਭਰਮਾਇਆ ਜਾਂਦਾ। ਗੱਲ ਕੁਛ ਵੀ ਨਹੀਂ ਹੁੰਦੀ, ਬਸ ਉਹਨੂੰ ਘੁਮਾਇਆ ਜਾਂਦਾ। ਥੋੜ੍ਹਾ ਜਿਹਾ ਚੱਕਰ ਤਾਂ ਤੁਸੀਂ ਚੱਕਰ ਖਾ ਜਾਂਦੇ, ਭਰਮਾ ਲੈਂਦੀਆਂ। ਰੰਦੀਆਂ ਜ਼ੋਰ ਨਹੀਂ ਹੁੰਦੀਆਂ, ਚਰਚ ਵਿੱਚੋਂ ਹੀ ਹੁੰਦੀਆਂ। ਇਹ ਗੱਲ ਪੌਲਸ ਨੇ ਪਹਿਲਾਂ ਲਿਖਦੀ ਹੋਈ ਆ। ਉਤਪਤੀ ਦੇ ਅਦਨ ਦੀ ਬਾਟਕਾ 'ਚ ਆਲਰੇਡੀ ਪਹਿਲੇ ਉੱਥੇ ਮੌਜੂਦ ਸੀ, ਉਹ ਵੀ ਜਿਹਨੇ ਭਰਮਾਇਆ। ਜਿੱਦਣ ਤੁਸੀਂ ਖਾਓਗੇ, ਪਰਮੇਸ਼ੁਰ ਨੂੰ ਪਤਾ ਮੇਰੇ ਵਰਗੀ ਅਸਲ ਇਹਦੀ ਖੋਪੜੀ ਕੰਮ ਨਹੀਂ ਕਰ ਰਹੀ। ਉਹਨੂੰ ਕਿਹਾ ਤਾਂ ਆਲਰੇਡੀ ਉਹਨੇ ਪਹਿਲਾਂ ਹੀ ਮੇਰੇ ਹਸਬੈਂਡ ਨੂੰ ਅਤੇ ਮੈਨੂੰ ਆਪਣੇ ਰੂਪ 'ਤੇ ਬਣਾਇਆ, ਹੋਰ ਕੀ ਬਣਾਏਗਾ ਖੁਦਾ। ਜਵਾਬ ਨਹੀਂ ਦੇ ਸਕੇ। ਜਿਹੜੇ ਲੋਕ ਬਾਈਬਲ ਨਹੀਂ ਪੜ੍ਹਦੇ, ਉਹ ਵੀ ਕਈਆਂ ਨੂੰ ਜਵਾਬ ਨਹੀਂ, ਕਿਉਂਕਿ ਉਹਨਾਂ ਦੇ ਅੰਦਰ ਉਹ ਬੀਜ ਚਲਾ ਜਾਂਦਾ। ਜਿਹੜਾ ਅਬਲੀਸ ਆਉਂਦਾ, ਤੁਹਾਨੂੰ ਉਲਟ ਪੁਲਟ ਕਰਕੇ ਤੁਹਾਡੇ ਅੰਦਰ ਗੱਲ ਪੈਦਾ ਕਰਦਾ, ਤੁਹਾਨੂੰ ਕਲਾਮ ਨੇ ਜਵਾਬ ਦੇ। ਕੋਈ ਆਵੇ ਸਾਡੇ ਕੋਲ, ਸਾਨੂੰ ਆ ਕੇ ਕਵੇ ਇੱਦਾਂ ਲਿਖਿਆ, ਅਸੀਂ ਜਵਾਬ ਦਿੰਦੇ ਸਾਡੇ ਕੋਲ ਬਾਈਬਲ ਆ, ਅਸੀਂ ਬਾਈਬਲ ਦੇ ਜਵਾਬ। ਯਸੂ ਮਸੀਹ ਕੋਲ ਸ਼ੈਤਾਨ ਆਇਆ 4 ਦਹਾਏ ਵਿੱਚ, ਜਿਹੜੇ ਉਹਨਾਂ ਨੇ ਫਾਸਟਿੰਗ ਪ੍ਰੇਅਰ ਕੀਤਾ ਸੀ, ਸਾਰੀਆਂ ਗੱਲਾਂ ਬਾਈਬਲ 'ਚੋਂ ਕੀਤੀਆਂ। ਪ੍ਰਭੂ ਨੇ ਵਸਥਾ ਦੀ ਪੁਸਤਕ ਵਿੱਚੋਂ, ਮੂਸਾ ਦੀ ਵਸਥਾ ਵਿੱਚੋਂ ਜਵਾਬ ਦਿੱਤੇ ਸਾਰੀਆਂ ਗੱਲਾਂ ਦੇ, ਅਤੇ ਲਿਖਿਆ ਸ਼ੈਤਾਨ ਚਲਾ ਗਿਆ, ਕਿਉਂਕਿ ਉਹ ਖੁਦ ਕਲਾਮ ਸੀ, ਖੁਦਾ ਦਾ ਬੇਟਾ ਯਸੂ ਸੀ। ਉਹਨੇ ਕਲਾਮ ਦੇ ਨਾਲ
ਉਹਦੀਆਂ ਸਾਰੀਆਂ ਗੱਲਾਂ ਨੂੰ ਕੱਟ ਦਿੱਤਾ। ਤੁਸੀਂ ਉਹਨੂੰ ਕਹਿੰਦਾ ਪੱਥਰ ਉੱਤੋਂ ਗਿਰਾ, ਲਿਖਿਆ ਬਾਅਦ ਤੈਨੂੰ ਫਰਿਸ਼ਤੇ, ਕਹਿੰਦਾ ਨਹੀਂ। ਰੋਟੀ ਪੱਥਰਾਂ ਨੂੰ ਕਿਆ ਬਣ ਲਿਆ, ਕਹਿੰਦਾ ਨਹੀਂ। ਇਨਸਾਨ ਰੋਟੀ ਨਾਲ ਨਹੀਂ, ਉਹਦੇ ਵਚਨ ਨਾਲ ਜੀਂਦਾ ਹੈ। ਜਵਾਬ ਦਿੱਤਾ, ਉਹਨੂੰ ਵੀ ਪਤਾ ਸੀ ਵਸਥਾ 'ਚ ਲਿਖਿਆ ਹੈ। ਜਿਲੇ ਤੁਹਾਡੇ ਕੋਲ ਕਲਾਮ ਹੋਵੇਗਾ, ਭਾਵੇਂ ਕਿੰਨਾ ਵੀ ਆਲਮ ਬੰਦਾ ਤੁਹਾਡੇ ਸਾਹਮਣੇ ਆ ਜਾਏ, ਤੇਰੇ ਪੈਰ ਨਹੀਂ ਪੜ ਸਕਦਾ। ਜਿਵੇਂ ਇਹਨੇ ਭਰਮਾਇਆ, ਤੁਸੀਂ ਉਹਦੇ ਵਰਗੇ ਹੋ ਜਾਓਗੇ। ਜਿਵੇਂ ਇੱਥੇ ਲਿਖਿਆ, ਤਿਵੇਂ ਅੱਜ ਵੀ ਕਿਹੜੇ ਕਹਿੰਦੇ, ਪਾਸਟਰ ਤੁਹਾਡੇ ਬੱਚਿਆਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦਾ, ਵਿਚਾਰਾਂ ਵਿੱਚ ਪਾਏਗਾ ਤੇਰੇ। ਤੇਰੇ ਬੱਚੇ ਨਹੀਂ, ਉਹ ਮੇਰੇ ਵੀ ਬੱਚੇ ਆ। ਮੈਨੂੰ ਪਤਾ ਆ ਕਿ ਮੈਂ ਅੰਦਰ ਗਤੀ ਕਿੰਨਾ ਸਟਰਗਲ ਕਰ ਰਿਹਾ ਆਪਣੇ ਅੰਦਰ ਗਤੀ, ਕਿ ਮੈਨੂੰ ਕੀ ਬਣਾਉਣਾ ਆ, ਕੀ ਜਗ੍ਹਾ ਦਾ ਕਰਨਾ ਆ। ਮੈਂ ਵੀ ਅੰਦਰ ਗਤੀ ਲੱਗਾ ਸਟਰਗਲ ਕਰਨ, ਮੈਨੂੰ ਕੀ ਬਣਾ ਕੇ ਬੱਚਿਆਂ ਨੂੰ ਅਲੱਗ ਕਰਨਾ ਆ, ਪਰੇਡ ਟਾਵਰ ਚਲਾਉਣਾ ਆ ਮੈਂ। ਮੇਰੇ ਅੰਦਰ ਸਾਰਾ ਕੁਛ ਚੱਲ ਰਿਹਾ ਆ, ਮੈਨੂੰ ਪਤਾ ਮੈਂ ਕੀ ਕਰਨਾ। ਪਰ ਵਿਸ਼ਵਾਸੀ ਨੂੰ ਨਹੀਂ ਪਤਾ ਹੁੰਦਾ ਉਹ ਕਿੱਧਰਲੇ ਪਰੇ ਸੋਚ ਲੱਗੀ ਹੋਈ ਉਹਨਾਂ ਦੀ। ਉਹ ਆਪਣੀ ਸੋਚ ਨਾਲ ਦੂਜਾ ਆ ਕੇ ਉਹਦੇ ਮਨ 'ਚ ਪਾਉਂਦਾ, ਹਾਂ ਯਾਰ ਇੱਦਾਂ ਨਹੀਂ, ਐਂ ਹੋਣਾ ਚਾਹੀਦਾ। ਤੂੰ ਬਾਈਬਲ ਪੜ੍ਹ, ਕਿੱਦਾਂ ਹੋਣਾ ਚਾਹੀਦਾ, ਤੈਨੂੰ ਆਪੇ ਪਤਾ ਲੱਗ ਜਾਣਾ ਕਿਵੇਂ ਹੋਣਾ ਚਾਹੀਦਾ। ਕਿਸੇ ਦੀ ਸੁਣ ਕੇ ਨਹੀਂ, ਜੋ ਤੈਨੂੰ ਬਾਈਬਲ ਤੋਂ ਬਾਹਰ ਗੱਲ ਕਰਦਾ ਉਹਦੇ ਅੰਦਰ ਆ ਗਿਆ ਹੈ। ਜਿਹੜਾ ਅਦਨ ਦੀ ਬਾਟਕਾ 'ਚ ਆ ਗਿਆ ਸੀ, ਅੱਜ ਵੀ ਉਹ ਆ ਜਾਂਦਾ ਤੇਰੇ ਅੰਦਰ। ਇਹਦੇ ਲਿਖਿਆ ਔਰ ਕੀ ਕਿਹਾ ਪੜ੍ਹਾ ਬੇਟਾ, ਜਾਂ ਤੀਵੀਂ ਨੇ ਵੇਖਿਆ ਕਿ ਉਹ ਤੀਵੀਂ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ। ਦੇਖਦੀ ਪਹਿਲੋਂ ਵੀ ਆ, ਉਹਨੂੰ ਪਹਿਲੋਂ ਵੀ ਪਤਾ ਕਿਵੇਂ ਦੇਖਿਆ। ਅੱਜ ਉਹਨੇ ਉਹਦੇ ਅਭਿਸ਼ੇਕ ਨੇ, ਸ਼ੈਤਾਨ ਦੇ ਨੇ ਉਹਨੂੰ ਪ੍ਰੇਰ ਲਿਆ, ਉਹਨੂੰ ਦਿਖਾਇਆ, ਉਹਦੇ 'ਚ ਵਿਚਾਰ ਉਲਟ ਪੁਲਟ ਕਰ ਦਿੱਤੇ। ਔਰ ਫਿਰ ਅਤੇ ਅੱਖੀਆਂ ਨੂੰ ਪਾਉਂਦਾ ਹੈ, ਹਾਂ, ਅਤੇ ਉਹ ਬਿਰਛ ਦੁੱਧ ਦੇਣ ਲਈ ਲੋੜੀਂਦਾ ਹੈ, ਤਾਂ ਉਸਨੇ ਉਹਦੇ ਫਲ ਤੋਂ ਲਿਆ ਤੇ ਆਪ ਖਾਧਾ, ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸਨੇ ਖਾਧਾ, ਤਦ ਦੋਹਾਂ ਦੀਆਂ ਅੱਖੀਆਂ ਖੁੱਲ੍ਹ। ਇੱਥੇ ਲੱਗਦਾ ਲਿਖਿਆ ਨਹੀਂ ਹੈ, ਲੇਕਿਨ ਹੋ ਸਕਦਾ ਆਪਾਂ 'ਚ ਕਿੰਨੀ ਗੱਲਬਾਤ ਹੋ ਵੀ ਸਕਦੀ ਹੈ। ਹੋ ਸਕਦਾ ਆਪਾਂ 'ਚ ਉਹਨਾਂ ਦੋਨਾਂ ਮੀਆਂ ਵੀ ਵਿੱਚ ਹੋਇਆ ਹੋਊਗਾ ਵੀ ਉਹ ਕਹਿੰਦਾ ਨਹੀਂ ਖਾਣਾ ਨਹੀਂ ਹੈ। ਉਹ ਕਹਿੰਦੇ ਦੇਖੋ ਪ੍ਰਭੂ ਨੇ ਕਿੰਨਾ ਸਾਡੇ ਨਾਲ ਧੋਖਾ ਕੀਤਾ ਹੈ। ਮੈਨੂੰ ਤਾਂ ਅੱਜ ਪਤਾ ਲੱਗਾ ਇਹ ਸੱਪ ਭਾਜੀ ਆਏ ਆ, ਸੱਪ ਦੀਦੀ ਕੋ ਬੋਲੋ, ਕਿਹੜੇ ਭਾਜੀ, ਸੱਪ ਭਾਜੀ ਬੋਲੋ, ਸੱਪ ਭਾਜੀ ਭਾਜੀ ਕਹਿਣ ਦੀ ਉਹ ਆ ਜਾਣਾ ਉਹਨੇ। ਸੁਣੀਏ ਖਿਆਲ ਨਾਲ, ਉਹਨੂੰ ਕਿਵੇਂ ਉਹਦੇ ਅੰਦਰ ਡਿਟੇਲ ਨਾਲ ਉਲਟ ਪੁਲਟ ਗੱਲਾਂ ਕਰਕੇ ਉਹਨੂੰ ਭਰਮਾਲਿਆ। ਦੇਖਿਆ ਤੁਸੀਂ ਭਾਜੀ ਨੂੰ ਕਿੰਨੀ ਵਾਰੀ ਘਰ ਬੜਾ, ਤੁਹਾਡੇ ਘਰ ਆਏ ਨਹੀਂ ਨਾ, ਬਸ ਅਸੀਂ ਵੀ ਹੁਣ ਛੱਡ ਹੀ ਦੇਣਾ ਚਰਚ ਆ ਜਾਂਦਾ। ਕਿੰਨੀ ਵਾਰੀ ਤੁਸੀਂ ਕਿਹਾ ਘਰ ਆਇਓ, ਸਾਡੇ ਆਏ ਨਹੀਂ। ਇੱਦਾਂ ਦਾ ਤੁਹਾਡੇ ਅੰਦਰ, ਅਸੀਂ ਦੁਆ ਲਈ ਕਿਹਾ ਸੀ, ਨਹੀਂ ਉਹਨਾਂ ਨੇ ਆਏ ਨਹੀਂ। ਛੋਟੀਆਂ ਛੋਟੀਆਂ ਗੱਲਾਂ ਵਿਚਾਰਾਂ 'ਚ ਪੈਦਾ ਕਰਦਾ ਅਤੇ ਆਪਣਾ ਸਥਾਨ ਬਣਾ ਲੈਂਦਾ, ਜੰਗਲੀ ਬੂਟੀ ਉੱਗ ਜਾਂਦੀ, ਫਿਰ ਅਸਲੀ ਤੇਰੇ ਬੀਜ ਨੂੰ ਖਰਾਬ ਕਰਦੀ ਜਿਹੜਾ ਖੁਦਾ ਨੇ ਤੇਰੇ ਅੰਦਰ ਪਾਇਆ ਹੈ। ਔਰ ਕੀ ਲਿਖਿਆ ਪੜ੍ਹੀਏ, ਤਦ ਦੋਹਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਜਾਣ ਲਿਆ ਭਈ ਅਸੀਂ ਨੰਗੇ ਹਾਂ, ਸੋ ਉਹਨਾਂ ਨੇ ਫਗੂੜੀ ਦੇ ਪੱਤੇ ਸਿਉਂ ਕੇ। ਪਰਮੇਸ਼ਵਰ ਨੇ ਇਸ ਚੀਜ਼ ਦਾ ਉਹਨਾਂ ਨੂੰ ਕੰਟਰੋਲ ਕੀਤਾ ਹੋਇਆ ਸੀ, ਪਰ ਉਹਨੂੰ ਉਦਣ ਪਤਾ ਲੱਗਾ ਅਸੀਂ ਨੰਗੇ, ਪਾਪ ਤੋਂ ਬਾਅਦ ਪਤਾ ਲੱਗਾ ਅਸੀਂ ਨੰਗੇ ਹਾਂ। ਪਹਿਲੋਂ ਨਹੀਂ ਸੀ ਪਤਾ ਅਸੀਂ ਨੰਗੇ ਹਾਂ, ਗੁਨਾਹ ਹੋ ਗਿਆ, ਹੁਕਮ ਟੁੱਟ ਗਿਆ ਅਤੇ ਅੱਜ ਪਤਾ ਲੱਗਾ ਅਸੀਂ ਨੰਗੇ ਹਾਂ। ਖੁਦਾ ਹਰ ਬਸ਼ਰ ਨੂੰ ਆਪਣੇ ਹੁਕਮ 'ਚ ਰੱਖਣਾ ਚਾਹੁੰਦਾ, ਪਰ ਇਨਸਾਨ ਹੁਕਮ 'ਚ ਰਹਿਣਾ ਪਸੰਦ ਨਹੀਂ ਕਰਦਾ। ਇਨਸਾਨ ਨੂੰ ਫੇਰਾ ਤੋਰਾ ਚਾਹੀਦਾ ਹੈ, ਹੁਕਮ 'ਚ ਨਹੀਂ। ਜਿਹੜਾ ਹੁਕਮ 'ਚ ਰਹਿੰਦਾ ਨਾ, ਉਹਦੇ ਉੱਤੇ ਖੁਦਾ ਦੀ ਬਾਰਿਸ਼ ਹੁੰਦੀ ਹੈ। ਯਾਦ ਰੱਖਣਾ, ਖੁਦਾ ਉਹਨੂੰ ਦਰਸ਼ਨ ਦਿੰਦਾ ਜਿਹੜਾ ਹੁਕਮ 'ਚ ਰਹਿੰਦਾ, ਖੁਦਾ ਉਹਦੇ ਨਾਲ ਗੱਲ ਕਰਦਾ ਜਿਹੜੇ ਉਹਦੀਆਂ ਵਿਧੀਆਂ 'ਚ ਰਹਿੰਦਾ, ਖੁਦਾ ਉਹਨੂੰ ਇਸਤੇਮਾਲ ਕਰਦਾ ਜਿਹੜਾ ਉਹਦੇ ਵਚਨ ਦੀ ਪਾਲਣਾ ਕਰਦਾ। ਸੋਈ ਹੈ ਯੋਹਾਨ ਨੇ ਕਿਹਾ, ਜੋ ਮੈਨੂੰ ਪਿਆਰ ਕਰਦਾ ਉਹ ਮੇਰੇ ਵਚਨ ਦੀ ਪਾਲਣਾ ਕਰੇਗਾ। ਅਬਲੀਸ ਆਏਗਾ ਤੇਰੇ ਅੰਦਰ, ਉਹ ਗੱਲਾਂ ਪੈਦਾ ਕਰੇਗਾ, ਉਹਦਾ ਧਿਆਨ ਦੇਣਾ ਕਿ ਕੌਣ ਗੱਲ ਕਰ ਰਿਹਾ ਮੇਰੇ ਨਾਲ। ਔਰ ਕੀ ਲਿਖਿਆ ਪੜ੍ਹੀਏ, ਸੋ ਉਹਨਾਂ ਨੇ ਫਗੂੜੀ ਦੇ ਪੱਤੇ ਸਿਉਂ ਕੇ
ਆਪਣੇ ਲਈ ਤਹਿਮਤ ਬਣਾਏ। ਜਿਲੇ ਇਹਨਾਂ ਨੂੰ ਪਤਾ ਲੱਗਾ ਸੀ ਨੰਗੀਆਂ ਤੇ ਇਹਨਾਂ ਨੇ ਪੱਤੇ ਪੁੱਤੇ ਤੋੜ ਕੇ ਸਾਡੇ ਪਾਦਰੀ ਸਾਹਿਬ ਨੇ ਪ੍ਰਚਾਰ ਕਰਕੇ ਕਿਹਾ ਪਹਿਲਾ ਟੇਲਰ ਮਾਸਟਰ ਦੁਨੀਆ ਦਾ ਜਿਹਨੇ ਪੱਤਿਆਂ ਦੇ ਕੱਪੜੇ ਬਣਾ ਕੇ ਆਪਣੇ ਨਾਲ ਪੇਟ ਲਿਆ। ਔਰ ਫਿਰ ਤਾਂ ਉਹਨਾਂ ਨੇ ਯਹੋਵਾ ਪਰਮੇਸ਼ਵਰ ਦੀ ਆਵਾਜ਼ ਸੁਣੀ। ਹੁਣ ਆਵਾਜ਼ ਆ ਰਹੀ ਹੈ ਅਦਨ ਦੀ ਬਾਟਕਾ ਚ ਜਿਵੇਂ ਪਹਿਲੋਂ ਆਉਂਦੀ ਸੀ। ਔਰ ਜਦ ਉਹ ਬਾਗ ਵਿੱਚ ਠੰਡੇ ਵੇਲੇ ਫਿਰਦਾ ਸੀ ਹਾਂ ਅਤੇ ਉਸ ਮਰਦ ਔਰ ਉਹਦੀ ਤੀਵੀਂ ਨੇ ਬਾਗ ਦੇ ਬੇਸ਼ਾਂ ਦੇ ਵਿਚਕਾਰ ਯਹੋਵਾ ਪਰਮੇਸ਼ਵਰ ਦੇ ਸਾਹਮਣਿਓਂ ਆਪਣੇ ਆਪ ਨੂੰ ਲੁਕਾਇਆ ਤਦ ਯਹੋਵਾ ਪਰਮੇਸ਼ਵਰ ਨੇ ਆਦਮੀ ਨੂੰ ਪੁਕਾਰ ਕੇ ਆਖਿਆ ਕਿ ਤੂੰ ਕਿੱਥੇ ਹੈ। ਉਸ ਨੇ ਆਖਿਆ ਹੁਣ ਲੁਕ ਰਿਹਾ ਹੈ ਪਹਿਲੋਂ ਕਦੀ ਨਹੀਂ ਸੀ ਅੰਦਰ ਪੈ ਇਹ ਤੁਹਾਨੂੰ ਪ੍ਰਾਰਥਨਾ ਨਹੀਂ ਕਰ ਦਿੰਦਾ। ਕਈ ਲੋਕ ਕਹਿੰਦੇ ਪਰਸਾ ਮਨ ਨਹੀਂ ਕਰਦਾ ਪ੍ਰੇਅ ਕਰਨ ਨੂੰ, ਇਹਦਾ ਮਤਲਬ ਉਹ ਆ ਗਿਆ ਵਰਤਨ ਰੱਖਣ ਦਾ ਆ ਗਿਆ, ਬਾਈਬਲ ਨਹੀਂ ਪੜ੍ਹਨ ਦਿਲ ਕਰਦਾ ਤੇਰੇ ਅੰਦਰ ਆ ਗਿਆ ਹੈ। ਸੰਡੇ ਚਰਚ ਮਨ ਕੀਤਾ ਆ ਗਿਆ ਨਹੀਂ ਆਇਆ ਨਾ ਸਹੀ, ਉਹ ਤੈਨੂੰ ਆਉਣ ਨਹੀਂ ਦੇਵੇਗਾ। ਤੈਨੂੰ ਉਸ ਜਗ੍ਹਾ 'ਤੇ ਲੈ ਕੇ ਜਾਏਗਾ ਜਿੱਥੋਂ ਤਾਲੀਮ ਤੋਂ ਬਿਨਾਂ ਲੋਕ ਆ, ਉਸ ਚਰਚ ਉਹ ਲਾਈਕ ਕਰੇਗਾ ਜਿੱਥੇ ਕੁਛ ਕਿਹਾ ਨਾ ਜਾਵੇ, ਜਿੱਥੇ ਤਾਲੀਮ। ਸਾਡੇ ਪਾਰੀ ਸਾਹਿਬ ਨੇ ਇੱਕ ਗੱਲ ਕਹੀ ਧਾਰੀਵਾਲ ਤੋਂ, ਅਤੇ ਬੱਚਾ ਕਹਿੰਦਾ ਕਿ ਮੈਂ ਪੰਜਵੀਂ ਕਲਾਸ 'ਚ ਨਹੀਂ ਪੜ੍ਹਨਾ, ਚੌਥੀ ਤੋਂ ਪਾਸ ਹੋ ਗਿਆ। ਉਹਦੀ ਮਾਂ ਕਹਿੰਦੀ ਕਲਾਸ 'ਚ ਬੈਠ, ਕਹਿੰਦਾ ਮੈਂ ਨਹੀਂ ਜਾਣਾ ਪੰਜਵੀਂ 'ਚ। ਉਹ ਕਹਿੰਦੇ ਕਿਉਂ ਨਹੀਂ ਜਾਣਾ? ਕਹਿੰਦਾ ਮੰਮੀ ਮੈਂ ਦੇਖਿਆ ਪੰਜਵੀਂ ਵਾਲਾ ਮਾਸਟਰ ਮਾਰਦਾ ਬਹੁਤ। ਇਹਨੂੰ ਖਿਆਲ ਨਾਲ ਸੁਣੀਏ, ਤਾਲੀਮ ਜਿਹੜੀ ਆ ਉਹ ਗਾਂ ਤੋਂ ਗਾਂ ਗਾਂ ਤੋਂ ਗਾਂ ਜਿੰਨੀ ਗਹਿਰੀ ਹੁੰਦੀ ਜਾਂਦੀ ਆ ਬਹੁਤ ਕੁਛ ਛੱਡਣਾ ਪੈਂਦਾ ਸਾਨੂੰ। ਫਿਰ ਆਦਮੀ ਕਹਿੰਦਾ ਮੈਂ ਮੁਸ਼ਕਲ ਆ ਮੇਰੇ ਵਾਸਤੇ। ਇਹਨੇ ਕੱਪੜੇ ਪਾਏ, ਆਪ ਪਹਿਲਾ ਟੇਲਰ ਮਾਸਟਰ ਬਣ ਗਿਆ। ਨੰਗੇ ਚੱਕਿਆ, ਖੁਦਾ ਨੇ ਨੰਗੇ ਟੱਕਿਆ ਅਤੇ ਖੁਦਾ ਨੇ ਆਵਾਜ਼ ਮਾਰੀ ਆਦਮ ਤੂੰ ਕਿੱਥੇ ਆ? ਅਤੇ ਕਹਿੰਦਾ ਮੈਂ ਤੇਰੀ ਆਵਾਜ਼ ਸੁਣ ਕੇ ਡਰ ਗਿਆ, ਪਹਿਲਾਂ ਨਹੀਂ ਸੀ ਡਰ ਕਦੀ, ਹੁਣ ਡਰਿਆ। ਇਹਨੂੰ ਖਿਆਲ ਨਾਲ ਸੁਣੀਏ, ਇਹ ਬਾਈਬਲ ਦੀ ਗੱਲ ਆ ਕਿ ਕਿਵੇਂ ਪ੍ਰਮਾਣਦਾ ਸਾਨੂੰ। ਔਰ ਫਿਰ ਕੀ ਲਿਖਿਆ ਪੜ੍ਹੀਏ? ਉਸਨੇ ਆਖਿਆ, ਉਹਨੇ ਆਖਿਆ ਕਿ ਤੇਰੀ ਆਵਾਜ਼ ਬਾਗ ਵਿੱਚ ਸੁਣ ਕੇ ਮੈਂ ਡਰ ਗਿਆ। ਔਰ ਕਿਉਂ ਜੋ ਮੈਂ ਨੰਗਾ ਹਾਂ ਸੋ ਮੈਂ ਆਪਣੇ ਆਪ ਨੂੰ ਲੁਕਾਇਆ। ਤਾਂ ਉਸਨੇ ਆਖਿਆ ਕਿਨ ਤੈਨੂੰ ਦੱਸਿਆ ਭਈ ਤੂੰ ਨੰਗਾ ਹੈ? ਕਿੰਨੇ ਤੈਨੂੰ ਕਿਹਾ ਤੂੰ ਨੰਗਾ ਹੈ? ਉਹਨੇ ਕੀ ਕਿਹਾ? ਜਿਸ ਬਿਸ਼ ਤੋਂ ਮੈਂ ਤੈਨੂੰ ਹੁਕਮ ਦਿੱਤਾ ਕਿ ਤੂੰ ਉਸ ਤੋਂ ਨਾ ਖਾਈ, ਕਿ ਤੂੰ ਉਸ ਤੋਂ ਖਾਧਾ? ਔਰ ਫਿਰ ਆਦਮੀ ਨੇ ਆਖਿਆ ਕਿ ਜਿਸ ਤੀਵੀ ਨੂੰ ਤੂੰ ਮੈਨੂੰ ਦਿੱਤਾ ਸੀ ਉਸਨੇ ਉਸ ਬਿਰਸ਼ ਤੋਂ ਮੈਨੂੰ ਦਿੱਤਾ ਤੇ ਮੈਂ ਖਾਧਾ। ਇਹ ਵੀ ਬੜੀ ਇੱਕ ਔਖੀ ਗੱਲ ਆ, ਜਿਹੜੀ ਤੀਵੀ ਤੂੰ ਮੈਨੂੰ ਦਿੱਤੀ। ਮੈਂ 33-34 ਸਾਲਾਂ ਵਿੱਚ ਇਹ ਵੇਖਿਆ ਪਰਿਵਾਰਾਂ 'ਚ ਲੜਾਈ ਝੜ ਹੋਏ ਮੀਆਂ ਬੀਬੀ ਦੇ, ਅਤੇ ਮਾਂ ਦੇ ਗਲ ਇੱਕ ਲੜਕਾ ਪੈ ਰਿਹਾ, ਮਾਂ ਦੇ ਗਲ ਪੈ ਰਿਹਾ। ਹਸਬੈਂਡ ਹਸਬੈਂਡ ਐਂਡ ਹਸਬੈਂਡ ਇਜ਼ ਫਾਈਟਿੰਗ ਵਿਦ ਹਿਸ ਮਮ। ਆਈ ਸੌ ਮੇਰੇ ਵਰਗਾ ਲਾਈਕ ਮੀ, ਕਹਿੰਦਾ ਤੂੰ ਲਿਆ ਕੇ ਦਿੱਤੀ ਮਾਈ, ਮੈਂ ਤਾਂ ਰੱਖਦਾ ਮੈਨੂੰ ਤਾਂ ਲੋੜ ਹੀ ਨਹੀਂ ਸੀ ਇਹਦੀ। ਕੀ ਕਹਿੰਦੇ? ਮੰਮੀ ਤੂੰ ਮੈਂ ਮੰਨਦਾ ਨਹੀਂ ਸੀ, ਤੂੰ ਹੀ ਮੇਰਾ ਇੱਥੇ ਵਿਆਹ ਕਰਾਇਆ। ਇੱਦਾਂ ਕਹਿੰਦੇ, ਤੂੰ ਮੇਰੀ ਮੈਰਿਜ ਇੱਥੇ ਕੀਤੀ ਹੈ, ਮੈਂ ਤਾਂ ਮੰਨਦਾ ਹੀ ਨਹੀਂ ਸੀ। ਇੱਦਾਂ ਦੀਆਂ ਪ੍ਰੋਬਲਮਾਂ ਸਾਡੇ ਘਰਾਂ 'ਚ ਹੁੰਦੀਆਂ ਆ। ਮਾਂ ਕਹਿ ਗਈ ਮੈਂ ਤਾਂ ਚਾਹੁੰਦੀ ਨਹੀਂ ਸੀ, ਤੇਰੇ ਡੈਡੀ ਨੇ ਕੀਤਾ। ਜੇ ਇਹਨਾਂ ਨੇ ਕੀਤਾ ਤਾਂ ਉਹ ਕਹਿੰਦੇ ਤੇਰੀ ਇੱਛਾ ਨਾਲ ਤੂੰ ਖੁਦ ਕੀਤਾ ਨਾ, ਹੁਣ ਭੁਗਤਾਨ ਵੀ ਤੂੰ ਖੁਦ ਕਰ। ਮੈਂ ਮਾਂ ਬਾਪ ਇੱਦਾਂ ਵੀ ਕਹਿੰਦੇ ਆ। ਇਹ ਕੀ ਕਹਿੰਦੀ? ਜਿਹੜੀ ਤੀਵੀਂ ਤੂੰ ਮੈਨੂੰ ਦਿੱਤੀ, ਜਿਹੜੀ ਤੂੰ ਦਿੱਤੀ, ਖੁਦਾ ਨੇ ਕਿਹਾ ਉਹਨੇ ਤੇਰੇ ਭਲੇ ਲਈ ਦਿੱਤੀ ਸੀ। ਲਿਖਿਆ ਆਦਮ ਦਾ ਇਕੱਲਾ ਰਹਿਣਾ ਠੀਕ ਨਹੀਂ, ਉਹ ਤਾਂ ਦੋਵਾਂ ਨੂੰ ਵੀ ਭਰਮਾ ਗਿਆ। ਬਾਅਦ 'ਚ ਲਿਖਿਆ ਇੱਕ ਡਿੱਗੇਗਾ ਖੜਾ ਕਰੇਗਾ, ਪਰ ਇਹ ਦੋਨੋਂ ਡਿੱਗ ਹੈ, ਦੋਨੋਂ ਡਿੱਗ ਹੈ, ਕੋਈ ਖੜਾ ਹੀ ਨਹੀਂ ਕਰ ਸਕਿਆ। ਉਹਨੇ ਕਿਹਾ ਜਿਹੜੀ ਤੂੰ ਦਿੱਤੀ। ਔਰ ਫਿਰ ਕੀ ਲਿਖਿਆ? ਤਦ ਯਹੋਵਾ ਪਰਮੇਸ਼ਵਰ ਨੇ ਤੀਵੀਂ ਨੂੰ ਆਖਿਆ ਕਿ ਤੈਂ ਇਹ ਕੀ ਕੀਤਾ? ਔਰ ਤੀਵੀਂ ਨੇ ਆਖਿਆ ਕਿ ਸੱਪ ਨੇ ਮੈਨੂੰ ਭਰਮਾਇਆ। ਮੰਨਣਾ ਨਹੀਂ, ਗਲਤੀ ਮੰਨਣੀ ਨਹੀਂ, ਬਸ ਦੋਸ਼ ਹੀ ਲੈ ਜਾਣਾ। ਉਹਨੇ ਮੈਨੂੰ ਕਿਹਾ, ਇਹਨੇ ਮੈਨੂੰ ਕਿਹਾ, ਉਹਨਾਂ ਨੇ ਕਿਹਾ ਸੀ ਮੈਨੂੰ ਕਿ ਪਾਸੀ ਪਾਰੀ ਸਾਹਿਬ ਇੱਦਾਂ ਹੋ ਜਾਣਾ ਹੈ। ਬਸ ਮੰਨਣਾ ਨਹੀਂ, ਜਿਹੜੇ ਉਹਨੇ ਮੈਨੂੰ ਕਿਹਾ ਤਾਂ ਹੋ ਗਿਆ। ਔਰ ਫਿਰ ਯਹੋਵਾ ਪਰਮੇਸ਼ਵਰ ਨੇ ਸੱਪ ਨੂੰ ਆਖਿਆ ਭਈ ਇਸ ਲਈ ਕਿ ਤੂੰ ਇਹ ਕੀਤਾ ਤੂੰ ਸਾਰੇ ਡੰਗਰਾਂ ਨਾਲੋਂ। ਇਹਦਾ ਮਤਲਬ ਉਹ ਵੀ ਉੱਥੇ ਸੀ ਜਨਾਬ, ਇਹ ਸਾਹਿਬਜ਼ਾਦਾ ਵੀ ਅਦਨ ਦੀ ਬਾਟਕਾ ਸੀ। ਕਹਿੰਦੇ ਤੂੰ ਇਹ ਕੰਮ ਕੀਤਾ
और फिर तू सारे डंगरां नालों अते सारे जंगली जानवरां नालों सरापी है। ये लिखा कि पहलो चलदा सी इहदे भी पैर सी लिखा तो हुण पेड़ दे बल चलेगा इहदे में लत्तां दीआं फिनिश करतीआं गईआं और फिर तू अपने ढिड भार तुरेगा हाँ अते अपने जीवन दे सारे दिन तू मिट्टी खाया करेगा और अते तेरे ते तीवी विच अते तेरी संतान ते तीवी दी संतान विच मैं वैर पावांगा हाँ ओ तेरे सिर नूं फेवेंगा अते तू ओदी अड्डी नूं डंग मारेगा। इसे तरह चल रहा है। तुसीं यूट्यूब ते जाओ जिहड़े गोरे रिसर्च करदे ना चीज़ां दी मैं कई बार देखिया उन्होंने उन्होंने को सारा कुछ इंतजाम हुंदा पर कई बार वो मैं सप्प का नाम भुल गया वो करी पत् इदा लगता कि वह बिल्कुल मिट्टी वर्गा ही है बड़ा खतरनाक जो वह हमेशा अड्डी ते जा जंगल ते रिसर्च कर देखो पिछों पैर ते डंग मार दिंदा। बाइबल के मुताबक बहुत लोगों के इदा लड़ गया ये आपस में शराब देता कि तू जिंदगी भर पेड़ के बल चलेगा तेरा तो इस तीवी की जी संतान होगी तेरा वैर होएगा आपस और जो भी इंसान कितने निकल आवे तो घर च बहर रौला पैदा ये सिरी ते मार ये लिखा तू सिर फेवेंगा ये लिखा ये सिर ते मार सिर ते कहते तुसी किन्ना भी सिर ते मारो फिर भी पूरी तरह वो हिलदा रहिंदा बहुत देर बाद मरदा। मेरे भैन भराओ जिहड़ा भरमाउंदा है ना विश्वासी लोगों नू विचो आके हालात उहदे भी माड़े रहने आ वह भी स्टैंड नहीं हो सकता कभी भी क्योंकि उन्हें अबलीस नू अपने अंदर जगह दित्ती दूजे विश्वासी नू गिराता उन्हें इनू भी खुदा कदी माफ नहीं करेगा समानदार नू भी इहदे लिखिया और की लिखिया बेटा उसने तीवी नू आख्या उन्हें तीवी नू आख्या कि मैं तेरे गर्भ की पीड़ बहुत वधावांगा पीड़ नाल होनी नहीं सी ऑपरेशन ना नहीं लिखा वैसे इधर लिखा ऑपरेशन ना बच्चे पैदा होंगे लिखा तेरी पीड़ा वधेगी और फिर पीड़ नाल तू बच्चे जनेगी हाँ अते तेरे पति वाल तेरी चाह होवेगी और अते ओ तेरे उत्ते हुक्म चलावेगा। उल्टे नहीं हो गया बोलो बोलो उल्टे नहीं हो गया इतने लिखा ओ तेरे ते की चलाएगी के चलाएगा बोलो ओ की करेगा तेरे ते कितने कितने उल्टा ही लादा हो गया है। जे उल्टा होया तो समझ लो वो अदन की बाटका वाला तेरे अंदर प्रवेश कर गया है क्योंकि जिथे जिथे वचन इदा हुंदा है उत्थे उत्थे प्रवेश कर जाता है आ गया अंदर आके राज कर रहा फिर हुक्म कोई और चला रहा है और की लिखा फिर उसने आदमी नु आख्या हाँ कि इस लई कि तू अपनी तीवी दी गल सुनी और अते उस बिश तो खादा जिस दे विखे मैं तेनु हुक्म दिता सी हाँ भई उस तो ना खाई सो जमीन तेरे कारण श्रापत हुई तू अपने हाँ हाँ तू अपने जीवन दे सारे दिन उस तो दुख नाल खावेगा और ओ कंडे अर कंडियाले तेरे लिए उगावेगी अते तू पैली दा साग पत खावेगा और तू अपने मुंह दे मुड़के नाल रोटी खावेगा जब तक तू मिट्टी विच फेर ना मुड़े। ए जाने लिखा है तू चिट्टा बेच के तू रज के खाएगा फीम बेच के खाएगा शराब बेच के खाएगा ताश खेलिया कर पैसे आंदे हो ते किते दड़ा दुड़ा ला दे तां ते रोटी खाएगा। ये सारिया चीज़ां अबलीस ने पैदा कर दिया इंसान के अंदर। इत्थे लिखा तू अपने खून पसीने दी खाएगा मुड़के दी खाएगा और की करेगा जिले खाएगा। आदमी ने अपनी तीवी दा सॉरी तू अपने मुंह दे मुड़के नाल रोटी खावेगा जब तक तू मिट्टी विच फेर ना मुड़े क्यों जो उस तो कढ़िया गया सी तू मिट्टी है अते मिट्टी विच तू मुड़ जावेगा। बस यही तेरा वचन है तेरे लिए तू गुनाह कीता तू मिट्टी चो निकलिया ते मिट्टी विच चलेंगे। जिले तुसी एक लास्ट एक और आयत उपदेशक की पुस्तक उदा लास्ट दा शायद 13 आयत था 13 दी 13 जां 12 13 पढ़ के लिखा उत्थे एक बहुत अच्छी गल लिखी है
उपदेशक की पुस्तक उसकी लास्ट चैप्टर 12 चैप्टर उसकी 13 आयता। हाँ जी, तू मिट्टी है, मिट्टी तो पैदा किया सी ते मिट्टी च चला जाएगा। एक खुदा ने आदम नूं गल कहती और फिर हुण असी सारे वचना दा सार सुनिए। सुनिए ख्याल ना, हुण असी सारे वचना दा सार सुनिए। परमेश्वर कोलो डर, परमेश्वर कोलो ट्रकां पिछे भी लिखिया हुंदा परमेश्वर कोलो डर सजना, और अते ओदियां आग्या नूं मन, क्यों जो इंसान दा एहो ऋण है। ओदी आग्या नूं मन, यही तेरा ऋण है। और परमेश्वर ता एक एक काम दा अते एक एक गुज्जी गल दा न्याओ करेगा, भावें चंगी होवे भावें माड़ी। ये फैसला तुसी अज इक गल करो, इत्थे एक जिहड़ी बहुत रब कोलो डर लिखिया, इसको पै खाल डर ते ओदियां आग्या नूं मन, क्योंकि इंसान दा एहो ऋण है। तेरिया सारिया गलों का खुदा हिसाब पूछेगा। तेरी एक बड़ा अच्छा गीत साढ़े मुंडे ने गाया सी बस्से वाले ने, मिट्टी से निकला मिट्टी में जाना यही तेरी है कहानी, है चार दिन की जिंदगी तेरी यही है जिंदगानी, यही जिंदगानी, जिंदगी है ये दुनिया सराय है, मेहमान बन कर आए हैं, मेहमान बन के आए हैं, ये दुनिया सराय है, मेहमान बनकर आए हैं, ये दुनिया सराय सराय। मिट्टी तो निकलिया ते मिट्टी च तू चले जाना, यही तेरी है कहानी। मेरे भैन भराओ, मैं तुहानू एक गल कहना चाहुंदा आ, प्रभु दे विच जे तुसी वचन दी संतान आ ते तेरे विचों वचन आएगा आएगा। जे तू अबलीस दी संतान आ ते तेरे तेरियां गल्लां दसणगियां, तेरे च उहदा बीज भी काम कर रहा। कई वारी असली पेड़ दे अंदर दूजी चीज पेंद हो जाती, पेंद ज्वाइंट हो जाती है, उहदे विचों उहदी पालना पोषना होंदी। दरख्त जड़ किसी होर दी आ, पानी कोई और दरख्त लै रहा, उहदे नाल दूजे नाल पेंद किया जाता, माली नूं पेंद कर दिंदे आ, फिर उहदियां डालियां शाखा निकलदियां होर साइड तों। कई वारी अबलीस उहदे उहदियां गल्लां साडे अंदर पेंद हो जांदियां, फिर उह निकलदियां साडे विच, उहनूं अपने विच पेंद जॉइन नहीं होण देणा, जुड़ नहीं देणा कि तेरे विच लै के रह के वह राज करे। उन्हों वड़ सिट अपने विचों दी, ताकि तेरा खुदा तेनों शरापित ना ठहराए। एक गल याद रखना, जे वचन दे तब चलोगे ते तेरी एक भी प्रार्थना सैमल मंगू रद्द नहीं कीती जाएगी, मेरी भी ते तुहाडी भी। जे आपां चलांगे, आपां शब्द आ बहुवचन, मैं अपनी गल भी करदा, जे असीं सारे चलांगे उहदे वचन दे नाल ते साडी एक भी प्रार्थना रद्द कीती नहीं जाएगी। जिहड़े जवाब नहीं आंदा ते मेरे अंदर किते ना किते कोई गड़बड़ आ। मेरे भैन भराओ, बाइबल दे नाल जिहड़े बाइबल तो पैदा होए आ उह अपने परमेश्वर नाल चलदे हन ते खुदा उहनां लई कोई ना कोई रस्ते कढ़दा रहिंदा है। इज़राइलियां नूं खुदा प्यार करदा सी, उहने समुंदर दे विचों दी रस्ता बना दित्ता, ते तेरे किन्ने भी कम रुके होए ने तेरा खुदा कोई ना कोई निकास करेगा तेरे लिए। हो सकदा तुसीं किन्नियां मुश्किलां विच होवो तुहाडे, लेकिन जे तू सही चलेगा प्रभु नाल
ਤੇ ਜਿਹੜਾ ਲਾਸ ਸਮੁੰਦਰ ਥਣੇ ਰਸਤਾ ਕੱਢਦਾ ਤੇਰੇ ਲਈ ਵੀ ਕੱਢੇਗਾ। ਕਿੱਡਾ ਵੀ ਪਹਾੜ ਹੋਵੇ ਤੇਰਾ ਖੁਦਾ ਉਹਦੇ ਵਿੱਚੋਂ ਵੀ ਰਸਤਾ ਕੱਢੇਗਾ। ਕਿੰਨੇ ਵੀ ਜੰਗਲ ਹੋਣ ਖੁਦਾ ਨੂੰ ਸਾਫ ਕਰ ਦੇਗਾ। ਬਾਈਬਲ ਕਹਿੰਦੀ ਜਿਵੇਂ ਇਜ਼ਰਾਈਲੀਆਂ ਲਈ ਉਹਨੇ ਕੀਤਾ, ਅੱਜ ਵੀ ਤੇਰਾ ਉਹੀ ਖੁਦਾ ਆ। ਸਾਰੀਆਂ ਗੱਲਾਂ ਦਾ ਇੱਕੋ ਸਾਰਾ, ਪਰਮੇਸ਼ੁਰ ਕੋ ਡਰ, ਉਹਦਾ ਭੈ ਮਨ, ਉਹਦੇ ਵਚਨ ਨੂੰ ਪੂਰਾ ਕਰ ਤੇ ਤੇਰੇ ਲਈ ਸਭ ਚੀਜ਼ਾਂ ਉਹ ਮੁਹੱਈਆ ਕਰੇਗਾ। ਅੱਖਾਂ ਬੰਦ ਕਰਾਂਗੇ ਤੇ ਆਪਣੇ ਆਪਣੇ ਲਈ ਦੁਆ ਕਰੀਏ। ਪ੍ਰਭੂ ਮੈਂ ਤੇਰੇ ਕਲਾਮ ਨੂੰ ਸੁਣਿਆ, ਮੈਨੂੰ ਕੋਈ ਪ੍ਰਮਾਣੇ ਨਾ ਪਾਏ। ਜਿਵੇਂ ਅਦਨ ਦੀ ਬਾਟਕਾ 'ਚ ਸ਼ੈਤਾਨ ਨੇ ਆਦਮ ਅਤੇ ਤੇਰੇ ਬੱਚਿਆਂ ਨੂੰ ਭਰਮਾ ਲਿੱਤਾ, ਹਵਾ ਨੂੰ, ਅੱਜ ਵੀ ਉਹ ਦੁਸ਼ਟ ਆਤਮਾ ਆਉਂਦੀਆਂ ਆ ਅਤੇ ਭਰਮਾਉਂਦੀਆਂ ਹਨ। ਇੰਨੇ ਸਾਲ ਲੇਬਰ ਕ੍ਰਾਈਸਟ ਚਰਚ ਜਾਂਦੇ ਹੋ ਕਿ ਤੈਨੂੰ ਕੀ ਮਿਲਿਆ? ਇੰਨੇ ਚਿਰ ਹੋ ਗਿਆ ਤੈਨੂੰ ਲੇਬਰ ਕ੍ਰਾਈਸਟ, ਤੈਨੂੰ ਕੀ ਲਵਾ? ਤੈਨੂੰ ਮੇਰੇ ਨਾਲ ਚੱਲ, ਯਾਦ ਰੱਖੀ ਆ ਗਿਆ ਉਹਦੇ ਅੰਦਰ ਔਰ ਤੈਨੂੰ ਭਰਮਾ ਰਿਹਾ ਆ। ਪਰਮੇਸ਼ੁਰ ਦੇ ਬੱਚਿਓ, ਚਾਹੇ ਦੇਸ਼ ਚਾਹੇ ਵਿਦੇਸ਼, ਤੇਰਾ ਖੁਦਾ ਉੱਥੇ ਵੀ ਹੈ। ਬਸ ਇਸ ਗੱਲ ਨੂੰ ਚੇਤਾ ਰੱਖਣਾ ਕਿ ਮੈਂ ਉਹਦੇ ਵਚਨ ਦੇ ਮੁਤਾਬਕ ਸੰਪੂਰਨ ਹੋਇਆ। ਇਹ ਗੱਲ ਅਬਰਾਹਮ ਨੂੰ ਕਹੀ ਖੁਦਾ ਨੇ, ਕਹਿੰਦਾ ਤੂੰ ਸੰਪੂਰਨ ਹੋ, ਇਹਦਾ ਲਿਖਿਆ ਅਤੇ ਤੇਰਾ ਖੁਦਾ ਤੇਰੇ ਨਾਲ ਹੋਵੇਗਾ, ਇਹਦਾ ਲਿਖਿਆ ਹੈ। ਅਤੇ ਖੁਦਾ ਨੇ ਅਬਰਾਹਮ ਨੂੰ ਬਾਈਬਲ 'ਚ ਲਿਖਿਆ ਬਹੁਤ ਜ਼ਿਆਦਾ ਬਲੈਸਿੰਗ ਦਿੱਤੀ। ਸੰਪੂਰਨ ਦਾ ਮਤਲਬ ਕਿ ਉਹਦੀ ਵਿਧੀਆਂ 'ਚ ਰਹਿ ਕੇ ਜੀ, ਅਬਰਾਹਮ ਤੇਰਾ ਖੁਦਾ ਤੇਰੀ ਹਰ ਗੱਲ ਨੂੰ ਪੂਰਾ ਕਰੇਗਾ। ਦੂਸਰੀ ਗੱਲ, ਪਾਲ ਸੁਲ ਕਹਿੰਦਾ ਜਿਹੜੇ ਅਸੀਂ ਮਿੱਟੀ ਤੋਂ ਪੈਦਾ ਹੋਏ ਹਾਂ, ਲਿਖਿਆ ਆਪਣੀ ਬੇਕਿਆਸ ਦੌਲਤ ਨੂੰ ਉਹਨੇ ਇਹਨਾਂ ਕਰਥੇ ਖਾਤੇ ਲਿਖੋ, ਮਿੱਟੀ ਦੇ ਬਰਤਨਾਂ ਝੁੰਡ ਲਿਆ ਆ। ਇਹ ਮਿੱਟੀ ਦੇ ਬਰਤਨ ਦੇ ਅੰਦਰ ਤੇਰਾ ਖੁਦਾ ਆਪਣੀਆਂ ਸਾਰੀਆਂ ਦਾਤਾਂ ਨੂੰ ਡੇਲੇਗਾ। ਪੁਰਾਣੇ ਸਮੇਂ 'ਚ ਮੈਂ ਦੇਖਿਆ ਲੋਕ, ਪਿਕਚਰਾਂ ਦੇਖਿਆ ਮੈਂ, ਉਹ ਆਪਣੇ ਜੇਵਰਾਂ ਨੂੰ ਮਿੱਟੀ 'ਚ ਭਾਂਡੇ 'ਚ ਲੈ ਕੇ ਮਿੱਟੀ ਦੇ ਥੱਲੇ ਦੱਬ ਦਿੰਦੇ ਸੀ। ਬੇਕਿਆਸ ਕੀਮਤੀ ਚੀਜ਼ਾਂ, ਅਤੇ ਤੇਰਾ ਖੁਦਾ ਇਸ ਮਿੱਟੀ ਦੇ ਬਰਤਨ ਅੰਦਰ ਜੋ ਮਿੱਟੀ ਤੋਂ ਪੈਦਾ ਹੋਇਆ ਇਹਦੇ ਵਿੱਚ ਆਪਣੀ ਦੌਲਤ ਨੂੰ ਡੇਲਣਾ ਚਾਹੁੰਦਾ ਹੈ, ਤਾਂ ਕਿ ਦੌਲਤ ਵੰਡੀ ਜਾਏ ਤੁਹਾਡੇ ਵਸੀਲੇ। ਤੁਸੀਂ ਲੋਕਾਂ 'ਚ ਉਹਦੀ ਦੌਲਤ ਵੰਡੋ ਅਤੇ ਖੁਦਾ ਤੈਨੂੰ ਕਦੀ ਸ਼ਰਾਪਿਤ ਨਾ ਕਹੇ। ਜਿਹੜਾ ਤੋੜਾ ਤੈਨੂੰ ਉਹ ਦੇਵੇ, ਇਮਾਨਦਾਰੀ ਨਾਲ ਉਹਨੂੰ ਇਸਤੇਮਾਲ ਕਰ, ਫਿਰ ਦੋ ਤੋਂ ਆਪ ਹੀ ਪੰਜ ਹੋ ਜਾਣੇ ਆ ਅਤੇ ਪੰਜ ਤੋਂ ਦਸ ਆਪ ਹੀ ਤੇਰੇ ਹੋ ਜਾਣੇ। ਆਪਣੇ ਲਈ ਆਪੇ ਦੁਆ ਕਰੀਏ, ਪ੍ਰਭੂ ਮੈਨੂੰ ਤੇਰੇ ਵਚਨ 'ਚ ਸੰਪੂਰਨ ਕਰ ਅਤੇ ਮੇਰੀਆਂ ਅੱਖਾਂ ਤੇਰੀ ਮਹਿਮਾ ਨੂੰ ਦੇਖਣ। ਥੈਂਕ ਯੂ ਹੋਲੀ ਸਪਿਰਿਟ, ਤੇਰੇ ਬੱਚਿਆਂ ਲਈ ਤੇਰਾ ਦਾਸ ਹੱਥ ਚੱਕ ਕੇ ਆਸ਼ੀਸ਼ ਚਾਹੁੰਦਾ, ਤੇਰੇ ਬੱਚੇ ਤੇਰੇ ਕਲਾਮ 'ਚ ਸੰਪੂਰਨ ਹੋਣ ਅਤੇ ਤੇਰਾ ਦਾਸ ਵੀ ਤੇਰੇ ਕਲਾਮ 'ਚ ਸੰਪੂਰਨ ਹੋਵੇ। ਔਰ ਇੱਕ ਵੀ ਇੱਥੇ ਦੇ ਆਉਣ ਵਾਲੇ ਇਮਾਨਦਾਰ ਦੀ ਪ੍ਰਾਰਥਨਾ ਰੁਕੇ ਖੁਦਾ, ਜਦ ਵੀ ਤੇਰੇ ਬੱਚੇ ਦੁਹਾਈ ਦੇਣ ਅਤੇ ਖੁਦਾ ਇਹਨਾਂ ਨੂੰ ਜਵਾਬ ਆਏ ਖੁਦਾ। ਜਿਵੇਂ ਕੋਈ ਪ੍ਰਾਰਥਨਾ ਸੈਮੂਅਲ ਦੀ ਰੱਦ ਨਹੀਂ ਕੀਤੀ ਗਈ, ਅਤੇ ਤੇਰੇ ਬੱਚਿਆਂ ਦੀ ਵੀ ਕੋਈ ਪ੍ਰਾਰਥਨਾ ਪ੍ਰਭੂ ਰੱਦ ਨਾ ਕੀਤੀ ਜਾਵੇ। ਜਦ ਤੇਰੇ ਬੱਚੇ ਰੁਖਸਤ ਹੁੰਦੇ ਆ, ਤੇਰੀ ਬਲੈਸਿੰਗ ਨਾ ਹੋਣ ਰੁਖਸਤ, ਤੇਰੀ ਉਪਸਥਿਤੀ ਨਾਲ ਰੁਖਸਤ ਹੋਣ। ਸਾਰੀ ਜਮਾਤ ਨੂੰ ਤੇਰੇ ਹੱਥਾਂ 'ਚ ਸੌਂਪਦੇ ਹੋਏ ਪਿਤਾ ਜੀ, ਇਸ ਪ੍ਰਾਰਥਨਾ ਨੂੰ ਪ੍ਰਭੂ ਯਿਸੂ ਮਸੀਹ ਨਾਮ 'ਚ ਮੰਗਦੇ। ਖੁਦਾ ਤੁਹਾਨੂੰ ਅੱਜ ਦੇ ਕਲਾਮ ਤੋਂ ਬਹੁਤ ਤਾਇਤ ਨਾਲ ਬਰਕਤ ਦੇਵੇ। ਵਾਹ।